ਆ ਦੇਖੋ ਜੀ ਬਸ ਇੱਕ ਡਰਾਪਰ ਸਿੰਪਲੀ ਇਹਨੂੰ ਪ੍ਰੈਸ ਕਰੋ ਵਿੱਚ ਡੋਕੇ ਛੱਡ ਦਿਓ ਜਿੰਨੀ ਚੱਕ ਲਈ ਠੀਕ ਹੈ ਠੀਕ ਹੈ ਜੀ ਇਹਦੀ ਦੇ ਕੈਮਰਾਮੈਨ ਨੂੰ ਰਿਕਵੈਸਟ ਕਰੂੰਗਾ ਕਿ ਧਿਆਨ ਨਾਲ ਇਧਰ ਫੋਕਸ ਕਰੋ ਇਹਦੀ ਖੁੱਲਣ ਦੀ ਦੇਖੋ ਕੁਵੈਸਟੀ ਕੋਈ ਚਮਚ ਨਹੀਂ ਲਗਾਉਣਾ ਆਪਣੇ ਆਪ ਡਿলিউਟ ਹੋ ਜਾਏਗਾ ਆਪਣੇ ਆਪ ਡਿলিউਟ ਹੋ ਜਾਏਗਾ ਕੈਂਸਰ ਦੀ ਹੀ ਗੱਲ ਕਰ ਰਹੇ ਹਾਂ ਕੈਂਸਰ ਇਜ਼ ਕਿਊਰੇਬਲ ਕਿਊਰੇਬਲ ਹੈਗਾ ਕੈਂਸਰ ਪਰ ਜਿਹੜੀ ਮਰਜੀ ਸਟੇਜ ਦਾ ਹੋਵੇ ਮੈਂ ਗੱਲ ਕਰ ਰਿਹਾ ਕੈਂਸਰ ਦੇ ਇਲਾਜ ਦੀ ਜ਼ਿੰਦਗੀ ਤੇ ਮੌਦਿ ਨਹੀਂ ਦੋਨਾਂ 'ਚ ਫਰਕ ਆ ਜਾਂਦਾ ਹੋ ਗਿਆ ਸੀ ਉਹ ਕੀ ਹੁੰਦਾ ਜੀ ਪਿਕਚਰੀ ਗਰੰਡ ਕੀ ਹੁੰਦਾ ਜੀ ਇਹ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਇੰਗਲਿਸ਼ ਡਾਕਟਰ ਦੇ ਕਹਿੰਦੇ ਮੁਤਾਬਕ ਜਿੱਥੇ ਆਪਣਾ ਉਪਰ ਖੋਪੜੀ ਤੇ ਅੰਦਰ ਹੱਥ ਲੜਿਆ ਜੁੜਦੇ ਨੇ ਜਗਾ ਜੁੜਦੀ ਹੈ ਉੱਥੇ ਹੁੰਦਾ ਹੈ ਨਾ 슈ਗਰ ਕੇ ਡਾਕਟਰ ਮਿਲ ਗਿਆ ਕੋ ਤੇ ਮੈਂ ਪਰੇਸ਼ਾਨ ਦੇ ਮੈਨੂੰ ਇਹਨਾਂ ਨੇ ਬਚਾ ਦਿੱਤੀ ਕਿ ਹੁਣ ਡਾਕਟਰ ਤਾਂ ਤੁਹਾਡੇ ਬੁਰੇ ਬੈਠੇ ਨੇ ਹੀ ਡਾਕਟਰ ਨੇ ਹਾਂ ਜੀ ਹੈ ਹੀ ਡਾਕਟਰ ਨੇ ਵਿਆਦਨੰਦ ਜੀ ਨੇ ਮਲਾਪ ਨਾ ਹੁੰਦਾ ਫਿਰ ਪੰਮ ਬੈਠੇ ਨਾ ਹੁੰਦੇ ਇੱਥੇ ਇੰਨੀ ਹਾਲਤ ਖਰਾਬ ਸੀ ਜੀ ਹਾਂਜੀ ਹਾਂਜੀ ਔਟਲੀ ਵਾਲੇ ਵੈਦ ਦੇ ਤੌਰ ਤੇ ਜਾਣੇ ਜਾਂਦੇ ਨੇ ਜਿੰਨਾ ਦੇ ਤੇਲ ਤੋਂ ਬਹੁਤ ਲੋਕਾਂ ਨੇ ਫਾਇਦਾ ਲਿਆ ਆਪਰੇਸ਼ਨ ਤੱਕ ਜਿਹੜਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇਸ ਤੇਲ ਨੇ ਗੋਡਿਆਂ ਦੇ ਮੋਢਿਆਂ ਦੇ ਪਿੱਠ ਦੇ ਬਚਾਏ ਨੇ ਸਾਰਾ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਕੁਝ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਇਹਦੇ ਵਿੱਚ ਵੀ ਸਾਰਾ ਸਮਾਨ ਕੁਦਰਤदाई ਦਿੱਤਾ ਹੋਇਆ ਸਾਰੀਆਂ ਦੀਆਂ ਸਾਰੀਆਂ ਜੜੀ ਬੂਟੀਆਂ ਨੇ ਸਾਡੇ ਕੋਲੇ ਸਿਰਫ ਇੰਨਾ ਕੰਮ ਕਰਕੇ ਅਸੀਂ ਇਮਾਨਦਾਰੀ ਨਾਲ ਜੋ ਜੜੀ ਬੂਟੀਆਂ ਚਾਹੀਦੀਆਂ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ ਮਹਿੰਗੀ ਸਸਤੀ ਵਾਲੇ ਚੱਕਰ ਚ ਨਹੀਂ ਅਸੀਂ ਪੈਂਦੇ ਇੱਕ ਮਹੀਨੇ ਦੇ ਜਦੋਂ ਇਹਨਾਂ ਨੇ ਦਵਾਈ ਦਿੱਤੀ ਤੇ ਇੱਕ ਮਹੀਨੇ ਦੇ ਵਿੱਚ ਇਹ ਕਹਿੰਦੇ ਵੀ ਮੈਨੂੰ ਨਾ ਮੇਰੀ ਦਰਦ ਰੁਕ ਗਈ ਹੈ ਪਰ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨੇ ਦੇ ਵਿੱਚ ਹਰ ਇੱਕ ਦੂਜੇ ਤੀਜੇ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਸਰੀਰ ਨੂੰ ਲੱਗੀ ਹੋਈ ਹੈ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਉਹ ਚਮੇੜੀ ਫਿਰਦਾ ਉਹਦਾ ਕੀ ਕਾਰਨ ਹੈ ਜੀ ਸਾਡੇ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਲਾਈਫ ਸਟਾਈਲ ਦੇ ਐਸੇ ਵੱਜੇ ਹੋਏ ਆ ਜੋ ਸਾਡਾ ਚੱਲ ਰਿਹਾ ਅੱਜ ਮਾਡਰਨ ਲਾਈਫ ਸਟਾਈਲ ਅਸੀਂ ਬਚ ਨਹੀਂ ਸਕਦੇ ਬਿਮਾਰੀਆਂ ਤੋਂ ਆਪਣੇ ਆਲੇ ਦੋਲੇ ਜਿੰਨੇ ਵੀ ਹਰੇ ਪੱਤੇ ਨੇ ਜਿੰਨੇ ਵੀ ਚਾਹੇ ਆਪਾਂ ਨਾਰਮਲ ਘਾ ਦੀ ਗੱਲ ਕਰੀਏ ਕੋਈ ਨਾ ਕੋਈ ਇਹ ਔਸ਼ਧੀ ਆ ਚਾਹੀਏ ਉਹ ਕਿਸੇ ਇਨਸਾਨ ਲਈ ਆ ਜਾਂ ਉਹ ਕਿਸੇ ਜਾਨਵਰ ਲਈ ਆ ਵੀ ਆਪਣੇ ਕਹਿੰਦੇ ਕਿ ਅਮਰੂਦ ਦੀਆਂ ਕੱਚੀਆਂ ਜੀਆਂ ਕੁਰਮਬਲਾਂ ਚਾਮਣ ਦੇ ਕੱਚੇ ਜਿਹੇ ਪੱਤੇ ਪਿੱਪਲ ਦੇ ਕੱਚੇ ਜਿਹੇ ਪੱਤੇ ਪੋਟਾਂ ਕਰਾ ਕਰਾ ਕੇ ਖੂਨ ਘੜਾ ਘੜਾ ਕੇ ਅੱਧਾ ਕਮਲਾ ਹੋ ਜਾਂਦਾ ਜੀ ਬੰਦਾ ਉਹਨੂੰ ਬਹੁਤ ਸਕੈਨਾਂ ਸੀਨੀ ਕਰਵਾਉਂਦੇ ਸਾਡੀ ਜਿਹੜੀ ਤਕਨੀਕ ਆ ਉਹ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਡੀਟੌਕਸੀਫਿਕੇਸ਼ਨ ਕਰਦੇ ਆ ਇਨਸਾਨ ਦੀ ਅੰਦਰੋਂ ਸਫਾਈ ਕਰਦੇ ਆ ਤੋ ਕਿਥੋਂ ਇਲਾਜ ਕਰਾ ਕੇ ਹੰਬ ਗਏ ਨੇ ਥੱਕ ਗਏ ਨੇ ਤੁਸੀਂ ਕਹਿ ਰਹੇ ਹੋ ਕਿ ਪੱਤਿਆਂ ਨਾਲ ਹੀ ਸਿਸਟਮ ਸੈੱਟ ਹੋ ਸਕਦਾ ਫਿਰ ਉਹਨਾਂ ਨੇ ਦਵਾਈ ਦੁੱਧ ਦਿੱਤੀ ਕੋਈ ਫਰਕ ਫੁਰਕ ਨਹੀਂ ਪਿਆ ਫਿਰ ਮੈਂ ਜਲੰਧਰ ਲੈ ਗਏ ਅੱਖ ਬੰਦ ਹੋ ਗਈ ਮੇਰੀ ਅੱਖ ਤੋਂ ਦਿਸਣਾ ਵੀ ਨਹੀਂ ਦਿੱਤਾ ਕੁਝ ਇੱਕ ਅੱਖ ਬੰਦ ਹੋ ਗਈ ਸੀ ਇੱਕ ਅੱਖ ਬਿਲਕੁਲ ਬੰਦ ਹੋ ਗਈ ਸੀ ਮੇਰੀ ਇਹ ਮਕਸਦ ਇਹ ਵੀ ਹੈ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਉਤੋਂ ਵੀ ਨਿਜ਼ਾਤ ਪਾਈ ਜਾ ਸਕਦੀ ਹੈ ਕੁਦਰਤ ਨੇ ਬੜਾ ਕੁਝ ਦਿੱਤਾ ਆਪਾਂ ਨੂੰ ਇਹ ਚੀਜ਼ ਹੈਗੀ ਜਿਹੜੀ ਕੈਂਸਰ ਦੇ ਉੱਤੇ ਮਾਤ ਕਰ ਇਹ ਸਿਰ ਦੇ ਵਾਲ ਤੋਂ ਲੈ ਕੇ ਜੀ ਪੈਰ ਦੇ ਨਹੋਂ ਤੱਕ ਜੀ ਨੂੰ ਸਮਝ ਨਹੀਂ ਆਉਂਦੀ ਨਹੀਂ ਮੈਨੂੰ ਕੀ ਹੋਇਆ ਉਹ ਚੁੱਪ ਕਰਕੇ ਇਹ ਪ੍ਰੋਡਕਟ ਇਸਤੇਮਾਲ ਕਰਕੇ ਜਰੂਰ ਦੇਖ ਲਿਓ ਸਿਰਫ 1 ਮਹੀਨੇ ਲਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਪੋਟਲੀਆਂ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਅੱਜ ਇੱਕ ਵਾਰ ਮੁੜ ਤੋਂ ਕਿੱਥੇ ਆਇਆ ਅੱਜ ਅਸੀਂ ਇੱਕ ਵਾਰ ਮੁੜ ਤੋਂ ਆਇਆ ਵੈਦ ਆਨੰਦ ਕੁਮਾਰ ਜੀ ਕੋਲ ਜਿਹੜੇ ਕੀ ਪੋਟਲੀ ਵਾਲੇ ਵੈਦ ਦੇ ਤੌਰ ਤੇ ਜਾਣੇ ਜਾਂਦੇ ਨੇ ਜਿੰਨਾ ਦੇ ਤੇਲ ਤੋਂ ਬਹੁਤ ਲੋਕਾਂ ਨੇ ਫਾਇਦਾ ਲਿਆ ਆਪਰੇਸ਼ਨ ਤੱਕ ਜਿਹੜਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇਸ ਤੇਲ ਨੇ ਗੋਡਿਆਂ ਦੇ ਮੋਢਿਆਂ ਦੇ ਪਿੱਠ ਦੇ ਬਚਾਏ ਨੇ ਪਰ ਅੱਜ ਇੱਕ ਨਵੀਂ ਚੀਜ਼ ਉਹ ਲੈ ਕੇ ਆਏ ਨੇ ਨਵਾਂ ਨੁਸਖਾ ਨਵਾਂ ਫਾਰਮੂਲਾ ਉਹ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਕਿ ਉਸ ਬਾਬਤ ਅਸੀਂ ਗੱਲਬਾਤ ਕਰ ਲਈਏ ਹਮੇਸ਼ਾ ਲੋਕ ਮੈਨੂੰ ਪੁੱਛਦੇ ਨੇ ਕਿ ਇਸ ਤਰ੍ਹਾਂ ਦੇ ਤੇਲ ਦੇ ਵਿੱਚ ਕੀ ਪਾਇਆ ਹੁੰਦਾ ਹੈ ਕਿ ਅਸੀਂ ਤੇਲ ਲਗਾਉਣੇ ਆ ਰਾਤ ਨੂੰ ਸੇਕਾ ਦਿੰਨੇ ਆ ਤੇ ਸਵੇਰ ਨੂੰ ਬਹੁਤ ਜ਼ਿਆਦਾ ਸਾਨੂੰ ਫਰਕ ਆ ਜਿਹੜਾ ਉਹ ਪਿਆ ਹੁੰਦਾ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਵਾਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਤੁਹਾਡੀ ਆਡੀਅנס ਦਾ ਬਹੁਤ-ਬਹੁਤ ਧੰਨਵਾਦ अच्छा आ, आ, मेरे को वैजी हमेशा लोग के पूछदने कि इद्दा दा ਤੁਹਾਡੇ ਪੋਰਟਲੀ ਦੇ ਵਿੱਚ ਇੱਦਾਂ ਦਾ ਤੁਹਾਡੇ ਤੇਲ ਦੇ ਵਿੱਚ ਕਿਹੜੀ ਚੀਜ਼ ਪਾਈ ਹੋਈ ਹੈ ਕਿ ਬਹੁਤ ਸਾਰੇ ਲੋਕਾਂ ਦੇ ਤੁਸੀਂ ਆਪਰੇਸ਼ਨ ਬਚਾ ਲੰਨੇ ਹੋ ਹਾਂਜੀ ਫਰੂਕੀ ਸਾਹਿਬ ਅਸੀਂ ਤਾਂ ਕੁਦਰਤਲੀ ਮਤਲਬ ਫਾਲੋਅਰਾਂ ਨੇਚਰੋਪੈਥੀ ਦਾ ਕੰਸਲਟੈਂਟ ਕੁਦਰਤ ਨੂੰ ਮੁੱਖ ਧਾਰਾ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੋ ਕੁਝ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਇਹਦੇ ਵਿੱਚ ਵੀ ਸਾਰਾ ਸਮਾਨ ਕੁਦਰਤदाई ਦਿੱਤਾ ਹੋਇਆ ਸਾਰੀਆਂ ਦੀਆਂ ਸਾਰੀਆਂ ਜੜੀ ਬੂਟੀਆਂ ਨੇ ਸਾਡੇ ਕੋਲੇ ਸਿਰਫ ਇੰਨਾ ਕੁ ਵਰਕ ਹੈ ਕਿ ਅਸੀਂ ਇਮਾਨਦਾਰੀ ਨਾਲ ਜੋ ਜੜੀ ਬੂਟੀਆਂ ਚਾਹੀਦੀਆਂ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ ਮਹਿੰਗੀ ਸਸਤੀ ਵਾਲੇ ਚੱਕਰ 'ਚ ਨਹੀਂ ਅਸੀਂ ਪੈਂਦੇ ਬਸ ਇੰਨਾ ਕੀ ਫਰਕ ਪੈਂਦਾ ਕਸਟਮਰ ਨੇ ਇਲਾਜ ਕਰਵਾਉਣਾ ਹੁੰਦਾ ਪੈਸੇ ਭਰਨੇ ਹੁੰਦੇ ਜੇ ਅਸੀਂ ਹੱਥ ਕੁੱਟੀ ਜਾਈਏ ਤਾਂ ਰਿਜ਼ਲਟ ਘਟ ਆਉਂਦੇ ਆ ਅਸੀਂ ਕੋਈ ਇਹ ਜੀ ਕੇਸਲ ਨਹੀਂ ਵਟਦੇ ਜਿਹੜੀ ਚੀਜ਼ ਚਾਹੀਦੀ ਹੈ ਤਾਂ ਉਹ ਪੌਣੀ ਹੀ ਪੌਣੀ ਆ ਇੰਨਾ ਹੀ ਫਰਕ ਆ ਇਸੇ ਕਰਕੇ ਰਿਜ਼ਲਟ ਆਉਂਦੇ ਨੇ ਬਿਲਕੁਲ ਜੀ ਬਿਲਕੁਲ ਬੀ ਅੱਛਾ ਵੈਜੀਬਰੀ ਇੱਕ ਹੋਰ ਬੜਾ ਮਸਲਾ ਹੈਗਾ ਅੱਜਕੱਲ ਤੇ ਹਰ ਇੱਕ ਦੂਜੇ ਤੀਜੇ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਸਰੀਰ ਨੂੰ ਲੱਗੀ ਹੋਈ ਹੈ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਉਹ ਚਮੜੀ ਫਿਰਦਾ ਉਹਦਾ ਕੀ ਕਾਰਨ ਹੈ ਜੀ ਅ ਦੇਖੋ ਕਾਰਨ ਤਾਂ ਬਹੁਤ ਸਾਰੇ ਨੇ ਅਲਟਰਨੇਟਿਵਲੀ ਤੁਸੀਂ ਸਟਾਰਟ ਸਮਝ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਹਵਾ ਚ ਅਸੀਂ ਸਾਹ ਲੈ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜਿਹੜਾ ਅਸੀਂ ਪਾਣੀ ਪੀ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜੋ ਅਸੀਂ ਖਾ ਰਹੇ ਹਾਂ ਉਹ ਵੀ ਸ਼ੁੱਧ ਨਹੀਂ ਜਿਹੜੇ ਸਾਡੇ ਵਿਚਾਰ ਨੇ ਇੱਥੋਂ ਤੱਕ ਉਹ ਵੀ ਸ਼ੁੱਧ ਨਹੀਂ ਠੀਕ ਹੈ ਨਾ ਤੇ ਬਿਮਾਰੀਆਂ ਤਾਂ ਲੱਗਣੀਆਂ ਹੀ ਲੱਗਣੀਆਂ ਨੇ ਮੈਂ ਬਿਮਾਰੀਆਂ ਨੂੰ ਸਿਰਫ ਇੰਨਾ ਕੀ ਕਰ ਸਕਦਾ ਇਹ ਨਹੀਂ ਕਰ ਸਕਦਾ ਕਿ ਬਿਮਾਰੀਆਂ ਲੱਗਣ ਦਾ ਉਹ ਵੀ ਪੋਸੀਬਲ ਹੈ ਪਰ ਸਾਡੇ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਲਾਈਫ ਸਟਾਈਲ ਦੇ ਐਸੇ ਵੱਜੇ ਹੋਈਆਂ ਜੋ ਸਾਡਾ ਚੱਲ ਰਿਹਾ ਅੱਜ ਮਾਡਰਨ ਲਾਈਫ ਸਟਾਈਲ ਅਸੀਂ ਬਚ ਨਹੀਂ ਸਕਦੇ ਬਿਮਾਰੀਆਂ ਤੋਂ ਅਸੀਂ ਸਿਰਫ ਇੰਨੀ ਕੀ ਹੈਲਪ ਕਰ ਸਕਦੇ ਹਾਂ ਮੈਂ ਵੀ ਕੀ ਕਰ ਸਕਦਾ ਕੁਦਰਤ ਨੇ ਆਲਰੇਡੀ ਕੀਤਾ ਹੀ ਹੋਇਆ ਪਤਾ ਸੀ ਕੁਦਰਤ ਨੂੰ ਕੁਦਰਤ ਨੇ ਸਾਡੀ ਡਿਜ਼ਾਈਨਿੰਗ ਇਸ ਹਿਸਾਬ ਨਾਲ ਕੀਤੀ ਹੋਈ ਹੈ ਤੇ ਸਾਨੂੰ ਕੀ ਕੀ ਸਮੱਸਿਆਵਾਂ ਆਉਣੀਆਂ ਨੇ ਉਹਦੇ ਹਿਸਾਬ ਨਾਲ ਸਾਨੂੰ ਜੜੀ ਬੂਟੀਆਂ ਆਲਰੇਡੀ ਦਿੱਤੀਆਂ ਹੋਈਆਂ ਨੇ ਜੇ ਤੁਸੀਂ ਗੌਰ ਨਾਲ ਦੇਖੋ ਆਪਣੇ ਆਲੇ ਦੁਆਲੇ ਜਿੰਨੇ ਵੀ ਹਰੇ ਪੱਤੇ ਨੇ ਜਿੰਨੇ ਵੀ ਚਾਹੇ ਆਪਾਂ ਨੋਰਮਲ ਘਾ ਦੀ ਗੱਲ ਕਰੀਏ ਕੋਈ ਨਾ ਕੋਈ ਇਹ ਔਸ਼ਧੀ ਆ ਚਾਹੇ ਉਹ ਕਿਸੇ ਇਨਸਾਨ ਲਈ ਆ ਜਾਂ ਉਹ ਕਿਸੇ ਜਾਨਵਰ ਲਈ ਆ ਪਰ ਕੋਈ ਨਾ ਕੋਈ ਔਸ਼ਧੀ ਜ਼ਰੂਰ ਔਸ਼ਧੀ ਵਾਲੇ ਗੁਣ ਜ਼ਰੂਰ ਹੈਗੇ ਆ ਹਰ ਹਰੀ ਚੀਜ਼ ਦੇ ਵਿੱਚ ਠੀਕ ਹੈ ਨਾ ਤੇ ਆਪਾਂ ਇਨਸਾਨ ਸਭ ਤੋਂ ਪਹਿਲਾਂ ਹਰੇ ਪੱਤੇ ਹੀ ਤਿਆਰਤੇ ਜੇ ਬਿਮਾਰੀਆਂ ਤੋਂ ਬਚਣਾ ਇੱਕ ਬਿਲਕੁਲ ਦੇਸਤੀ ਗੱਲ ਦੱਸਦਾ ਨਹੀਂ ਕੋਈ ਸਮਝ ਆਉਂਦੀ ਨਾ ਸਹੀ 8-10 ਤਰ੍ਹਾਂ ਦੇ ਪੱਤੇ ਮਿਕਸ ਕਰਕੇ ਜੇ ਇਨਸਾਨ ਖਾਣ ਲੱਗ ਜਵੇ ਤਾਂ ਬਿਮਾਰੀ ਹੋਣ ਦੇ ਚਾਂਸਸ ਲਗਭਗ ਨਾ ਬਰਾਬਰ ਹੋ ਜਾਣਗੇ ਜੀ ਜੀ ਇਹ ਸੋਚਣ ਦੀ ਲੋੜ ਨਹੀਂ ਪਤਾ ਕਿਹੜਾ ਜਿਹੜਾ ਖਾ ਸਕਦਾ ਖਾਣ ਨੂੰ ਮਤਲਬ ਕੱਚਾ ਜਿਹਾ ਹੋਵੇ ਜਿਵੇਂ ਆਪਣੇ ਕਹਿੰਦੇ ਆ ਕਿ ਅਮਰੂਦ ਦੀਆਂ ਕੱਚੀਆਂ ਜਿਹਾ ਕੁਰੰਬਲਾਂ ਚਾਮਣ ਦੇ ਕੱਚੇ ਜਿਹੇ ਪੱਤੇ ਪਿੱਪਲ ਦੇ ਕੱਚੇ ਜਿਹੇ ਪੱਤੇ ਇਸ ਤਰ੍ਹਾਂ ਦੇ ਪੱਤੇ ਜਿਹੜੇ ਬੰਦਾ ਆਸਾਨੀ ਨਾਲ ਖਾ ਸਕਦਾ ਉਹ ਖਾ ਲਵੇ ਡੈਫੀਨੇਟਲੀ ਉਹਦੇ ਸਰੀਰ ਚ ਬਿਮਾਰੀਆਂ ਆਪਣੇ ਆਪ ਹੀ ਦੂਰ ਹੁੰਦੀਆਂ ਤੇ ਨਜ਼ਰ ਆਣਗੀਆਂ ਅੱਛਾ ਅੱਜ ਕੱਲ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਚੱਲ ਰਹੀਆਂ ਨੇ ਜੀ ਵੈਜੀ ਕਿ ਸਮਝ ਹੀ ਨਹੀਂ ਆਉਂਦੀ ਕਿ ਬਿਮਾਰੀ ਨੂੰ ਲੱਗੀ ਕਿੱਥੋਂ ਸਕੈਨਾਂ ਕਰਾ ਕਰਾ ਕੇ ਰਿਪੋਰਟਾਂ ਕਰਾ ਕਰਾ ਕੇ ਖੂਨ ਕਢਾ ਕਢਾ ਕੇ ਅੱਧਾ ਕਮਲਾ ਹੋ ਜਾਂਦਾ ਜੀ ਬੰਦਾ ਦੇਖੋ ਉਹੀ ਗੱਲ ਮੁੜ ਕੇ ਫੇਰ ਆ ਗਈ ਹੂੰ ਕੀ ਸਾਨੂੰ ਬੜਾ ਸੋਚਣ ਦੀ ਲੋੜ ਨਹੀਂ ਪੈਂਦੀ ਨੇਚਰੋਪੈਥੀ ਜਿਹੜੀ ਸਾਡੀ ਸਾਇੰਸ ਆ ਉਹ ਇਹ ਕਹਿੰਦੀ ਆ ਕਿ ਤੁਹਾਨੂੰ ਕੋਈ ਬਿਮਾਰੀ ਲੱਗੀ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੇ ਅੰਦਰ ਕਚਰਾ ਕਚਰਾ ਚਲਾ ਗਿਆ ਕਿਸੇ ਵੀ ਤਰੀਕੇ ਚਲਾ ਗਿਆ ਜੋ ਅਸੀਂ ਖਾਣੇ ਆ ਜਿਹੜਾ ਡਾਇਰੈਕਟ ਕਚਰਾ ਖਾਈ ਜਾ ਰਹੀ ਹੈ ਠੀਕ ਹੈ ਠੀਕ ਹੈ ਨਾ ਉਹ ਕਹਿੰਦਾ ਕਿਤੇ ਨਾ ਕਿਤੇ ਜਾ ਕੇ ਸਾਡੇ ਸਰੀਰ ਦੇ ਵਿੱਚ ਸਟਕ ਹੋ ਜਾਂਦਾ ਤੇ ਬਿਮਾਰੀ ਲੱਗ ਜਾਂਦੀ ਹੈ ਉਹਨੂੰ ਬਹੁਤਾ ਸਕੈਨ ਅਸੀਂ ਨਹੀਂ ਕਰਵਾਉਂਦੇ ਸਾਡੀ ਜਿਹੜੀ ਤਕਨੀਕ ਆ ਉਹ ਇਹ ਆ ਕਿ ਅਸੀਂ ਸਭ ਤੋਂ ਪਹਿਲਾਂ ਡੀਟੌਕਸੀਫਿਕੇਸ਼ਨ ਕਰਦੇ ਆ ਇਨਸਾਨ ਦੀ ਅੰਦਰੋਂ ਸਫਾਈ ਕਰਦੇ ਆ ਮੇਰੇ ਕਹਿਣ ਦਾ ਮਤਲਬ ਅਸੀਂ ਕੋਈ ਨਾ ਕੋਈ ਐਸੀ ਚੀਜ਼ ਜ਼ਰੂਰ ਦਿੰਨੇ ਆ ਕਿ ਪੇਟ ਪੂਰੀ ਤਰ੍ਹਾਂ ਸਾਫ਼ ਹੋ ਜਾਏ ਪੇਟ ਤੋਂ ਮਤਲਬ ਮੇਦਾ ਅੰਤੜੀਆਂ ਪੂਰੀ ਤਰ੍ਹਾਂ ਸਾਫ਼ ਹੋ ਜਾਣ ਉਹਦੇ ਨਾਲ ਹੀ ਬੰਦੇ ਦੀਆਂ ਅਧੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਸਰੀਰ ਆਪਣਾ ਕੰਮ ਫੰਕਸ਼ਨ ਪੂਰੇ ਕਰਨ ਲੱਗ ਜਾਂਦਾ ਜੀ 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 ਠੀਕ ਹੈ ਤੇ ਸਕੈਨਰ ਸਕੋਨਾਂ ਤਾਂ ਚਲੋ ਠੀਕ ਆ ਕਿ ਅੱਜ ਮਾਡਰਨ ਹੈਗਾ ਸਮਾਂ ਕਰਵਾਉਣੀਆਂ ਵੀ ਪੈਂਦੀਆਂ ਨੇ ਸਾਨੂੰ ਵੀ ਕਿਤੇ ਨਾ ਕਿਤੇ ਸਹਾਰਾ ਲੈਣਾ ਪੈ ਜਾਂਦਾ ਕਿ ਦੇਖੀਏ ਬੰਦੇ ਨੂੰ ਕੀ ਦਿੱਕਤ ਹੈ ਜੀ ਕੋਈ ਨਾ ਕਹਾਣੀ ਲੋਟ ਆਵੇ ਉਸ ਸਮੇ ਅਸੀਂ ਸਕੈਨਰ ਦੇ ਵਿੱਚ ਪੈਂਦੇ ਆਦਰਵਾਇਜ਼ ਬਹੁਤੇ ਟੈਸਟਾਂ ਦੀ ਜ਼ਰੂਰਤ ਨਹੀਂ ਬੰਦੇ ਦੀ ਅਸੀਂ ਫਿਜ਼ੀਕਲ ਕਾਉਂਸਲਿੰਗ ਦੇ ਵਿੱਚ ਹੀ ਲਗਭਗ ਬਿਮਾਰੀ ਦੀ ਜੜ ਫੜ ਲੈਂਦੇ ਆ ਜੀ ਜੀ ਪਰ ਅੱਜ ਕੱਲ ਤੇ ਹਾਲਾਤ ਇਹ ਨਹੀਂ ਜੀ ਕਿ ਇੱਕ ਬਿਮਾਰੀ ਜਾਂਦੀ ਹੈ ਦੂਸਰੀ ਬਿਮਾਰੀ ਆ ਜਾਂਦੀ ਹੈ ਦੂਸਰੀ ਬਿਮਾਰੀ ਦਾ ਇਲਾਜ ਅਸੀਂ ਲੱਭਨੇ ਆ ਤੀਸਰੀ ਆ ਜਾਂਦੀ ਹੈ ਲਗਾਤਾਰ ਕੈਂਸਰ ਵੀ ਹੈਗਾ ਜਿਹੜਾ ਉਹ ਕੌੜੀ ਵੇਲ ਵਾਂਗੂੰ ਵੱਧ ਸਕ ਵਧਿਆ ਜਾ ਰਿਹਾ ਹੈ ਬਹੁਤ ਲੋਕ ਨੇ ਪਰੇਸ਼ਾਨ ਨੇ ਇਲਾਜ ਕਰਾ ਕਰਾ ਕੇ ਬੀਕਾ ਨੇਰ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਇਲਾਜ ਕਰਾ ਕੇ ਹੰਬ ਗਏ ਨੇ ਥੱਕ ਗਏ ਨੇ ਤੁਸੀਂ ਕਹਿ ਰਹੇ ਹੋ ਕਿ ਪੱਤਿਆਂ ਨਾਲ ਹੀ ਸਿਸਟਮ ਸੈੱਟ ਹੋ ਸਕਦਾ ਹੈ ਡੈਫੀਨਿਟਲੀ ਦੇਖੋ ਅਸੀਂ ਕੈਂਸਰ ਦੀ ਮਰੀਜ਼ ਠੀਕ ਕਰਦੇ ਆ ਅੱਛਾ ਕੈਂਸਰ ਦੇ ਮਰੀਜ਼ ਬਿਲਕੁਲ ਨੈਚੁਰਲ ਦਵਾਈਆਂ ਨਾਲ ਠੀਕ ਕਰਦੇ ਆ ਕੋਈ ਅਸੀਂ ਕੈਮੀਕਲ ਯੂਜ਼ ਨਹੀਂ ਕਰਦੇ ਸਰ ਠੀਕ ਠੀਕ ਲਾ ਲਓ ਕੈਂਸਰ ਦੀ ਗੱਲ ਕਰ ਰਹੇ ਹੋ ਤੁਸੀਂ ਸਰ ਬਿਲਕੁਲ ਠੀਕ ਲਾ ਰਹੇ ਆ ਜੀ ਮੈਂ ਕੈਂਸਰ ਦੀ ਹੀ ਗੱਲ ਕਰ ਰਿਹਾ ਕੈਂਸਰ ਇਜ਼ ਕਿਉਰੇਬਲ ਕਿਉਰੇਬਲ ਹੈਗਾ ਕੈਂਸਰ ਪਰ ਜਿਹੜੀ ਮਰਜੀ ਸਟੇਜ ਦਾ ਹੋਵੇ ਮੈਂ ਗੱਲ ਕਰ ਰਿਹਾ ਕੈਂਸਰ ਦੇ ਇਲਾਜ ਦੀ ਜ਼ਿੰਦਗੀ ਤੇ ਮੌਤ ਦੀ ਨੀ ਦੋਨਾਂ 'ਚ ਫਰਕ ਆ ਜਾਂਦਾ ਅੱਜ ਕੈਂਸਰ ਨੂੰ ਮੌਤ ਦਾ ਬਤਮੀ ਮਨੇ ਇਹਨੇ ਕਿ ਦੂਜਾ ਨਾਮ ਅੰਨੇ ਜਾਂਦਾ ਬਿਲਕੁਲ ਜਿਹਨੂੰ ਕੈਂਸਰ ਡਿਕਲੇਅਰ ਹੋ ਗਿਆ ਸਮਝ ਲਓ ਕਿ ਮੌਤ ਵਾਲੀ ਪੌੜੀ ਚੜ ਰਿਹਾ ਉਹਨੂੰ ਬਚਾਇਆ ਜਾ ਸਕਦਾ ਕੈਂਸਰ ਠੀਕ ਕੀਤਾ ਜਾ ਸਕਦਾ ਇਹਨਾਂ ਦਵਾਈਆਂ ਨਾਲ ਫਿਰ ਜਿਹੜੀਆਂ ਵੱਡੇ ਵੱਡੇ ਮਸ਼ੀਨਾ ਵੱਡੇ ਵੱਡੇ ਹਸਪਤਾਲ ਕੀਮੋਥੈਰੇਪੀ ਇਹ ਇੰਜੈਕਸ਼ਨ ਉਹ ਇੰਜੈਕਸ਼ਨ ਤੁਸੀਂ ਕਹਿ ਰਹੇ ਹੋ ਕਿ ਕੁਦਰਤੀ ਢੰਗ ਨਾਲ ਕੈਂਸਰ ਦਾ ਇਲਾਜ ਸਰ ਦੇਖੋ ਮੈਂ ਕਿਸੇ ਵੱਡੇ ਸਿਸਟਮ ਬਾਰੇ ਬੋਲਣਾ ਨਹੀਂ ਚਾਹੁੰਦਾ ਅੱਜਕਲ ਤੁਹਾਨੂੰ ਪਤਾ ਕਿ ਮਾਡਰਨ ਜੋ ਹੈਗਾ ਸਮਾਂ ਹਰ ਕੋਈ ਇਲਾਜ ਕਰਾਉਣ ਲਈ ਪਹਿਲਾਂ ਵੱਡੇ ਹਸਪਤਾਲਾਂ ਚ ਭਜਦਾ ਜਿੱਥੇ ਮਰਜੀ ਭੱਜ ਜਾਵੇ ਮੈਂ ਤੁਹਾਨੂੰ ਪ੍ਰੂਫ ਕਰ ਸਕਦਾ ਔਰ ਵਧੀਆ ਹਾਈ ਫਾਈ ਫੈਮਲੀਆਂ ਦੇ ਵਿੱਚ ਅਸੀਂ ਜੋ ਟਰੀਟਮੈਂਟ ਦਿੱਤੇ ਆ ਲੋਕ ਬਿਲਕੁਲ 100% ਕਿਉਰ ਹੋ ਚੁੱਕੇ ਨੇ 100% ਹਾਂਜੀ ਸਰ 100% ਕੈਂਸਰ ਦੇ ਮਰੀਜ਼ ਕਿਉਰ ਹੋ ਚੁੱਕੇ ਨੇ ਔਰ ਕਾਫੀ ਸਮਾਂ ਪਹਿਲਾਂ ਹੋ ਗਏ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਅਸੀਂ ਕਿਵੇਂ ਮੰਨ ਸਕਦੇ ਹਾਂ ਸਾਡੇ ਅਸੀਂ ਮੰਨੀਏ ਕਿਵੇਂ ਕੀ ਕੀ ਪ੍ਰੂਫ ਹੈ ਤੁਹਾਡੇ ਕੋਲ ਕੀ ਪ੍ਰੂਫ ਹੈ ਤੁਸੀਂ ਕੈਮਰੇ ਦੇ ਚੱਲਦੇ ਕੈਮਰੇ ਦੇ ਸਾਹਮਣੇ ਇਹ ਗੱਲ ਕਹਿ ਰਹੇ ਹੋ ਕਿ ਕੈਂਸਰ ਦਾ ਇਲਾਜ ਤੁਸੀਂ ਕਰ ਦਿਓ ਬਿਲਕੁਲ ਸਰ ਪ੍ਰੂਫ ਇਸ ਟਾਈਮ ਦਾ ਮੇਰੇ ਕੋਲੇ ਕੋਈ ਨਹੀਂ हां मैं ਤੁਹਾਨੂੰ ਕੈਮਰੇ ਦੇ ਸਾਹਮਣੇ ਉਹ ਬੰਦੇ ਕਰ ਸਕਦਾ ਜਿਨ੍ਹਾਂ ਦਾ ਅਸੀਂ ਟ੍ਰੀਟਮੈਂਟ ਕੀਤਾ ਜਿਹੜੇ 100% ਬਿਲਕੁਲ ਕੈਂਸਰ ਤੋਂ ਨਿਜਾਤ ਪਾ ਚੁੱਕੇ ਜਿਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਸੀ ਗੱਲ ਤਾਂ ਅਸੀਂ ਗੋਡੇ ਵੀ ਕਰ ਰਹੇ ਸੀ ਮਾਫ ਕਰਨਾ ਗੱਲ ਤਾਂ ਸਾਡੇ ਗੋਡੇ ਵਾਲੇ ਪਾਸੇ ਉਹ ਚੱਲੀ ਸੀ ਤੇ ਤੁਸੀਂ ਕੈਂਸਰ ਵਾਲੇ ਪਾਸੇ ਨੂੰ ਲੈ ਗਏ ਚਲੋ ਫਿਰ ਤੁਸੀਂ ਦਿਖਾ ਸਕਦੇ ਹੋ ਲਾਓ ਫੋਨ ਫਿਰ ਜਰਾ ਸਾਡੀ ਗੱਲ ਹੀ ਕਰਾ ਦਿਓ ਦਿਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੀ ਗੱਲ ਹੀ ਕਰਾ ਦਿਓ ਸਰ ਐਕਚੁਅਲੀ ਮੇਰੇ ਕੋਲ ਤਾਂ ਨੰਬਰ ਤਾਂ ਨਹੀਂ ਹੈ ਪਰ ਮੈਂ ਘਰ ਗਿਆ ਸੀ ਉਹਨਾਂ ਦੇ ਮੈਂ ਤੁਹਾਨੂੰ ਘਰ ਲੈ ਕੇ ਜਾ ਸਕਦਾ ਹਾਂ ਕਿ ਆਪਾਂ ਘਰ ਜਾ ਕੇ ਉਹਨਾਂ ਨਾਲ ਡਿਸਕਸ ਕਰਵਾ ਸਕਦੇ ਹਾਂ ਮਰੀਜ਼ ਨਾਲ ਸਰ ਬਹੁਤ ਵੱਡਾ ਤੁਹਾਡਾ ਦਾਵਾ ਬਹੁਤ ਵੱਡਾ ਹੈ ਕੈਂਸਰ ਵਾਲਾ ਮੈਂ ਇਹ ਗੱਲ ਕਹਿ ਰਿਹਾ ਸਰ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਕੁਦਰਤ ਨੇ ਸਾਰਾ ਕੁਝ ਦਿੱਤਾ ਹੋਇਆ ਪਰਮਾਤਮਾ ਦੀ ਦੇਣ ਹੈ ਕੈਂਸਰ ਦੀਆਂ ਦਵਾਈਆਂ ਅਵੇਲੇਬਲ ਨਹੀਂ ਕੁਦਰਤ ਕੰਨੀ ਹੋਈ ਅੱਛਾ ਠੀਕ ਹੈ ਨਾ ਮੈਂ ਤੁਹਾਨੂੰ ਮਰੀਜ਼ ਜਿਹੜੇ ਠੀਕ ਕੀਤੇ ਆ ਉਹ ਮਿਲਾ ਸਕਦਾ ਤੇ ਇਹੀ ਬਸ ਮਤਲਬ ਪੋਸਿਬਿਲਟੀ ਹੈ ਏਸੀ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆ ਫਿਰ ਮੈਨੂੰ ਲੱਗਦਾ ਹੈ ਕਿ ਅੱਜ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਈਏ ਤੇ ਇਹ ਕਹਿ ਰਹੇ ਨੇ ਜੀ ਵੈਦ ਅਨੰਦ ਕੁਮਾਰ ਜੀ ਕਿਉਂਕਿ ਇਹਨਾਂ ਦੀ ਪੱਥਰੀ ਦਾ ਜਿਹੜਾ ਨੁਸਖਾ ਹੈਗਾ ਇਹਨਾਂ ਦੇ ਗੋਡਿਆਂ ਵਾਲਾ ਨੁਸਖਾ ਹੈਗਾ ਬਹੁਤ ਲੋਕਾਂ ਦੀ ਚੰਗੀ ਫੀਡਬੈਕ ਜਿਹੜੀ ਸਾਨੂੰ ਮਿਲੀ ਸੀ ਤੇ ਉਸ ਤੋਂ ਬਾਅਦ ਅੱਜ ਇਹ ਦਾਵਾ ਕਰ ਰਹੇ ਨੇ ਕਿ ਕੈਂਸਰ ਦਾ ਵੀ ਇਹਨਾਂ ਕੋਲ ਟਰੀਟਮੈਂਟ ਹੈ ਪਰ ਅਸੀਂ ਜਦੋਂ ਤੱਕ ਪ੍ਰੂਫ ਨਾ ਦੇਖ ਲਈਏ ਤਾਂ ਐਡੇ ਵੱਡੇ ਦਾਅਵੇ ਨੂੰ ਅਸੀਂ ਵੀ ਨਹੀਂ ਮੰਨਦੇ ਕਈ ਕਹਾਈ ਗੱਲ ਨੂੰ ਅਸੀਂ ਵੀ ਨਹੀਂ ਮੰਨਦੇ ਸੋ ਲੈ ਕੇ ਚੱਲੋਗੇ ਚਲੋ ਜਨਾਬ ਦੇਖ ਲਓ ਵੀਡੀਓ ਬਿਟ ਛੱਡ ਦਨੇ ਆ ਇੱਥੇ ਹੀ ਛੱਡ ਦੋ ਜੀ ਪਹਿਲਾਂ ਆਪਾਂ ਅਗਲੇ ਦੇ ਘਰ ਚੱਲਦੇ ਆ ਦੇਖਦੇ ਆ ਘਰੇ ਮਿਲਦੇ ਆ ਘਰੇ ਮਿਲ ਕੇ ਜੋ ਤੁਸੀਂ ਸਵਾਲ ਜਵਾਬ ਕਰਨੇ ਆ ਸਾਰੇ ਉਹਨਾਂ ਤੋਂ ਕਰੋ ਅੱਛਾ 100% ਪ੍ਰੋਪਰ ਤੁਹਾਨੂੰ ਉੱਥੋਂ ਫੀਡਬੈਕ ਮਿਲ ਸਕਦੀ ਆ ਆਪਾਂ ਘਰ ਚੱਲਦੇ ਆ ਅਗਰ ਫੋਨ ਹੁੰਦਾ ਤਾਂ ਮੈਂ ਫੋਨ ਵੀ ਕਰ ਲੈਂਦਾ ਆਪਾਂ ਉਹਨਾਂ ਦੇ ਘਰ ਪਰ ਹੈ ਡੇਢ ਘੰਟੇ ਦਾ ਰਸਤਾ ਜੀ ਨੀਚੇ ਸਾਨੂੰ 4 ਘੰਟੇ ਲੱਗਣੇ ਜੀ ਸਾਨੂੰ ਤਾਂ ਕੋਈ ਦਿੱਕਤ ਨਹੀਂ ਹਾਂ ਬਸ ਠੀਕ ਆ ਫਿਰ ਕੋਈ ਘਰ ਇੱਥੇ ਜਾਣਾ ਪੈਣਾ ਸਾਨੂੰ ਪੁਲwidehat ਦਾ ਨਾਲ ਦਾ ਇੱਕ ਪਿੰਡ ਆ ਮੈਨੂੰ ਨਾਮ ਨਹੀਂ ਪਤਾ ਉੱਥੇ ਜਾ ਕੇ ਨਾ ਮਤ ਚੋ ਫਿਰ ਮੈਨੂੰ ਲੱਗਦਾ ਕਿ ਆਪਾਂ ਚੱਲਦੇ ਹਾਂ ਬਾਕੀ ਗੱਲਾਂ ਇੰਟਰਵਿਊ ਅਸੀਂ ਬਾਕੀ ਬਾਅਦ ਦੇ ਵਿੱਚ ਕਰਦੇ ਹਾਂ ਪਹਿਲਾਂ ਅਸੀਂ ਜਿਹੜਾ ਇਹਨਾਂ ਦਾ ਦਾਵਾ ਹੈਗਾ ਕੈਂਸਰ ਨੂੰ ਕਿਉਰ ਕਰਨ ਵਾਲਾ ਦਾਵਾ ਉਹ ਅਸੀਂ ਅੱਜ ਕਸਵੱਟੀ ਦੇ ਉੱਤੇ ਪਰਖਦੇ ਹਾਂ ਕਿ ਜਿਹੜੀ ਇਹ ਗੱਲਾਂ ਕਰ ਰਹੇ ਨੇ ਕੁਦਰਤੀ ਢੰਗ ਨਾਲ ਕੈਂਸਰ ਦੇ ਇਲਾਜ ਦੀ ਗੱਲ ਕਰ ਰਹੇ ਨੇ ਆ ਉਹ ਅਸੀਂ ਪਹਿਲਾਂ ਵੇਖੀ ਫਿਰ ਅਸੀਂ ਚੱਲਦੇ ਹਾਂ ਅ ਬਾਕੀ ਗੱਲਾਂ ਸੀ ਇੰਟਰਵਿਊ ਫੇਰ ਕਰਾਂਗੇ ਜੀ ਮੋਸਟ ਵੈਲਕਮ ਸਰ ਮੋਸਟ ਉਹਨਾਂ ਦੀ ਗੱਲ ਕਰ ਲਈਏ ਬਿਲਕੁਲ ਜੀ ਮੋਸਟ ਆਓ ਜੀ ਫਿਰ ਚੱਲੀਏ ਉઠੋ ਫਿਰ ਟਾਈਮ ਨਾਲ ਆਓ ਉઠੋ ਚੱਲੀਏ ਆਜੋ ਆਜੋ ਸਰ ਆਜੋ ਸੋ ਅਸੀਂ ਚੱਲਦੇ ਆ ਅਸੀਂ ਪਹੁੰਚ ਕੇ ਉਸ ਪਿੰਡ ਦੇ ਉੱਤੇ ਪੁਲੱਥ ਹਲਕਾ ਹੈਗਾ ਇਹ ਕਹਿ ਰਹੇ ਨੇ ਕਪੂਰਥਲੇ ਜ਼ਿਲ੍ਹੇ ਦਾ ਤੇ ਜਿੱਥੇ ਜਾ ਕੇ ਇਹ ਗੱਲ ਹੈਗੀ ਆ ਹੋਣੀ ਹੈ ਔਰ ਅਸੀਂ ਦਾਵਾ ਇਹਨਾਂ ਦਾ ਦੇਖਾਂਗੇ ਕਿ ਕਸਵੱਟੀ ਤੇ ਖਰਾ ਉਤਰਿਆ ਨਹੀਂ ਅਸੀਂ ਰਿਪੋਰਟਾਂ ਵੀ ਚੈੱਕ ਕਰਾਂਗੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਵੀ ਚੈੱਕ ਕਰਾਂਗੇ ਤੇ ਉਹਨਾਂ ਦੀ ਇਸ ਵੇਲੇ ਵੀ ਤੁਹਾਨੂੰ ਪੱਕਾ ਪਤਾ ਬੰਦਾ ਜਿਹਾ ਹੁੰਦਾ ਬਿਲਕੁਲ ਸਰ 100% ਬਿਲਕੁਲ ਓਕੇ ਆ ਕੋਈ ਦਵਾਈ ਨਹੀਂ ਚੱਲਦੀ ਨਾ ਮੇਰੀ ਨਾ ਕੋਈ ਹੋਰ अच्छा हां जी सारीयां ਦਵਾਈਆਂ ਮੰਦ ਨੇ ਜੀ ਜੀ ਚਲੋ ਫਿਰ ਅਸੀਂ ਚੱਲਦੇ ਆਂ ਔਰ ਜਾ ਕੇ ਉਸ ਪਰਿਵਾਰ ਨਾਲ رابطہ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਇਹਨਾਂ ਦੇ ਵੱਡੇ ਦਾਅਵੇ ਦੀ ਜਿਹੜੀ ਕਸਵੱਟੀ ਹੈਗੀ ਆ ਦੇਖਾਂਗੇ ਕਸਵੱਟੀ ਤੇ ਖਰਾ ਉੱਤਰਦੇ ਨੇ ਵੈਦ ਆਨੰਦ ਕੁਮਾਰ ਜੀ ਜਾਂ ਫਿਰ ਨਹੀਂ ਆਓ ਜੀ ਚਲਿਓ ਸੋ ਅਸੀਂ ਵੈਦ ਆਨੰਦ ਕੁਮਾਰ ਜੀ ਦੇ ਜਿਹੜੇ ਦਾਅਵੇ ਹੈਗੇ ਨੇ ਉਹਨਾਂ ਨੂੰ ਪਰਖਣ ਵਾਸਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਆਂ ਮਕਸੂਦਪੁਰਾ ਜਿਹੜਾ ਕਿ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਹੈ ਹਲਕਾ ਪੁਲੱਥ ਪੈਂਦਾ ਇੱਥੇ ਤੇ ਅੱਜ ਸੀ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਇਹ ਸਾਨੂੰ ਲੈ ਕੇ ਆਏ ਨੇ ਅ ਸਵਰਗੀਆ ਸਰਦਾਰ ਬਲਦੇਵ ਸਿੰਘ ਹੋਰ ਉਹਨਾਂ ਦੇ ਘਰੇ ਜਿੱਥੇ ਪੂਰਾ ਪਰਿਵਾਰ ਬੈਠਾ ਹੈ ਨਾਲ ਹੀ ਡਾਕਟਰ ਸਾਹਿਬ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕੁ ਦਾਅਵੇ ਨੇ ਜਿਹੜੇ ਉਹ ਵੈਦ ਆਨੰਦ ਕੁਮਾਰ ਦੇ ਠੀਕ ਨਹੀਂ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਨੇ ਵੀ ਕਿ ਸਾਡੇ ਕੋਲ ਕੈਂਸਰ ਦਾ ਇਲਾਜ ਕਰਵਾਉਣ ਆਇਆ ਸੀ ਇਹ ਪਰਿਵਾਰ ਕੀ ਇਸ ਪਰਿਵਾਰ ਨੂੰ ਕੈਂਸਰ ਦਾ ਇਲਾਜ ਮਿਲਿਆ ਸੋ ਅਸੀਂ ਪਿੰਡ ਮਕਸੂਦਪੁਰੇ ਪਹੁੰਚੇ ਹੋਏ ਹਾਂ ਜਿਹੜਾ ਕਿ ਹਲਕਾ ਪੁਲwidehat ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਕਪੂਰਥਲਾ ਹੈ ਸੋ ਇੱਥੇ ਸਾਨੂੰ ਵੈਦ ਅਨੰਦ ਕੁਮਾਰ ਜੀ ਲੈ ਕੇ ਆਏ ਨੇ ਜਿਨ੍ਹਾਂ ਨੇ ਲੁਧਿਆਣੇ ਦੇ ਵਿੱਚ ਦਾਵਾ ਕੀਤਾ ਸੀ ਕਿ ਉਹਨਾਂ ਕੋਲ ਕੈਂਸਰ ਦੇ ਮਰੀਜ਼ਾਂ ਦਾ ਸਫਲਤਾਪੂਰਵਕ ਟ੍ਰੀਟਮੈਂਟ ਹੈ ਔਰ ਅੱਜ ਜਿਸੀ ਲੁਧਿਆਣੇ ਤੋਂ ਉਸੇ ਵੇਲੇ ਦਾਅਵਿਆਂ ਨੂੰ ਪਰਖਣ ਵਾਸਤੇ 100 ਕਿਲੋਮੀਟਰ ਦੂਰ ਪੁਲਾਥ ਹਲਕੇ ਚ ਪੈਂਦੇ ਪਿੰਡ ਮਕਸੂਦਪੁਰੇ ਆਏ ਜਿੱਥੇ ਵੈਦ ਅਨੰਦ ਕੁਮਾਰ ਜੀ ਪੂਰੇ ਪਰਿਵਾਰ ਦੇ ਨਾਲ ਬੈਠੇ ਨੇ ਔਰ ਉਹਨਾਂ ਨਾਲ ਸਮਝਾਂਗੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਵੈਦ ਜੀ ਨੇ ਇਹਨਾਂ ਦਾ ਇਲਾਜ ਕੀਤਾ ਔਰ ਕਿਵੇਂ ਕੀਤਾ ਕਿਸ ਤਰੀਕੇ ਨਾਲ ਕੀਤਾ ਸਾਰੇ ਗੱਲਾਂ ਅਸੀਂ ਸਮਝਾਂਗੇ ਸੱਚਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾ ਜੀ ਤੁਹਾਡਾ ਮੈਂ ਬਲਬੀਰ ਸਿੰਘ ਅੱਛਾ ਇਹ ਕਿਹੜਾ ਪਿੰਡ ਹੈ ਜੀ ਇਹ ਮਕਸੂਦਪੁਰਾ ਜੀ ਡਿਸਟ੍ਰਿਕਟ ਕਪੂਰਥਲੇ ਜੇ ਪੈਂਦਾ ਹੈ ਲੁਧਿਆਣਾ ਤੋਂ ਕਿੰਨੀ ਕੁ ਵਾਟ ਪੈ ਜਾਂਦੀ ਹੈ ਜੀ ਲਗਭਗ 100 ਕਿਲੋਮੀਟਰ ਲਗਭਗ 100 ਕਿਲੋਮੀਟਰ ਵਾਟ ਪੈ ਜਾਂਦੀ ਹੈ ਅੱਛਾ ਇਹਨਾਂ ਨਾਲ ਤੁਹਾਡਾ ਸੰਪਰਕ ਕਿਵੇਂ ਹੋਇਆ ਵੈਦ ਆਨੰਦ ਜੀ ਨਾਲ ਪਹਿਲਾਂ ਤਾਂ ਸਾਨੂੰ ਇਹ ਦੱਸੋ ਮੈਂ YouTube ਤੇ ਦੇਖਦੇ ਦੇਖਦੇ ਜੀ ਮੈਂ ਮੇਰੀ ਮਦਰ ਇਨ ਲਾ ਨੂੰ ਨਾ ਉਹਨਾਂ ਦੇ ਪਿਚੂਲਰੀ ਗਲੈਂਡ ਦੇ ਵਿੱਚ ਨਾ ਜੀ ਟਿਊਮਰ ਹੋ ਗਿਆ ਸੀਗਾ ਉਹ ਕੀ ਹੁੰਦਾ ਜੀ ਪਿਚੂਲਰੀ ਗਲੈਂਡ ਕੀ ਹੁੰਦਾ ਜੀ ਇਹ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਇੰਗਲਿਸ਼ ਡਾਕਟਰ ਦੇ ਕਹਿੰਦੇ ਮੁਤਾਬਕ ਜਿੱਥੇ ਆਪਣਾ ਉਪਰ ਖੋਪੜੀ ਤੇ ਅੰਦਰ ਆਥ ਲੜਿਆ ਜੁੜਦੇ ਨਹੀਂ ਜਗਾ ਜੁੜਦੀ ਹੈ ਉੱਥੇ ਹੁੰਦਾ ਹੈ ਓਕੇ ਉੱਥੇ ਟਿਊਮਰ ਹੋ ਜਾਂਦਾ ਹੈ ਤੇ ਉਹਦੇ ਇਲਾਜ ਲਈ ਅਸੀਂ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਜਦੋਂ ਇਹ ਪਹਿਲੀ ਵਾਰ ਬਿਮਾਰ ਹੋਏ ਤੇ ਇਹਨਾਂ ਦਾ ਅੱਖਾਂ 'ਚ ਲਾਲ ਲਾਲਗੀ ਆ ਗਈ ਸੋਜ ਸੋ ਮੂੰਹ ਸੋਜ ਗਿਆ ਅੱਛਾ ਤੇ ਉਹ ਮੇਰੇ ਫਾਦਰ ਇਨ ਲਾਉ ਇਹਨਾਂ ਨੂੰ ਉੱਥੇ ਟਾਂਡੇ ਹਸਪੀਟਲ ਲੈ ਗਏ ਅੱਛਾ ਉੱਥੇ ਇੱਕ ਡਾਕਟਰ ਹੁੰਦੇ ਆ ਪੀਜੀਆ ਤੋਂ ਉੱਥੇ ਮਕਸੂਦਾ ਜੀ ਜੀ ਮਕਸੂਦਾ ਤੋਂ ਇੱਥੇ ਟਾਂਡੇ ਵੀ ਦੋ ਇੱਕ ਦੋ ਦਿਨ ਵਿਜ਼ਿਟ ਕਰਦੇ ਆ ਜੀ ਜੀ ਉਹ ਕਹਿੰਦੇ ਉਹ ਸਾਡੇ ਬੈਗਵਾਲ ਦੇ ਨੌਨ ਚ ਹੀ ਸੀਗੇ ਅਸੀਂ ਉਹਨਾਂ ਨੂੰ ਚੈੱਕ ਕਰਾਇਆ ਉਹ ਕਹਿੰਦੇ ਇਹਨਾਂ ਨੂੰ ਨਾ ਸੀਟੀ ਕੀਤੀ ਉਹਨਾਂ ਨੇ ਤੇ ਕਹਿੰਦੇ ਇਹਨਾਂ ਦੇ ਸਿਰ 'ਚ ਨਾ ਦਿਮਾਗ 'ਚ ਸੋਜੇਸ਼ ਲੱਗਦੀ ਕੋਈ ਓਕੇ ਤੇ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਲੈ ਕੇ ਮੈ ਗਿਆ ਸੀ ਇਹਨਾਂ ਨੂੰ ਹੂੰ ਹੂੰ ਇਹਨਾਂ ਨੂੰ ਲੈ ਗਏ ਤੇ ਫਿਰ ਇਹ ਬੈਠੇ ਨੇ ਇਹਨਾਂ ਇਹਨਾਂ ਨੂੰ ਪ੍ਰੋਬਲਮ ਸੀ ਹਾਂਜੀ ਹਾਂਜੀ ਇਹ ਤਾਂ ਦੇਖਣ ਨੂੰ ਲੱਗਦੇ ਨਹੀਂ ਸੀ ਕੋਈ ਛੁੱਟਦੇ ਨਹੀਂ ਇਹਨਾਂ ਨੂੰ ਕੋਈ ਪ੍ਰੋਬਲਮ ਸੀ ਹਾਂ ਮਤਲਬ ਜੇ ਵਿਆਹ ਦੇ ਅਨੰਦ ਜੀ ਇਹਨਾਂ ਨੇ ਮਲਾਪ ਨਾ ਹੁੰਦਾ ਫਿਰ ਪਾਵੇਂ ਬੈਠੇ ਨਾ ਹੁੰਦੇ ਇੱਥੇ ਇੰਨੀ ਹਾਲਤ ਖਰਾਬ ਸੀ ਜੀ ਹਾਂਜੀ ਹਾਂਜੀ ਹੁੰਦਾ ਕੀ ਸੀ ਦਰਦ ਸਿਰ ਦਾ ਬਹੁਤ ਸਾਲਾਂ ਤੋਂ ਦਰਦ ਰਹਿ ਰਿਹਾ ਸੀਗਾ ਪਰ ਇਹ ਅਚਾਨਕ ਜਦੋਂ ਫਿਰ ਇਹ ਹੁਣ ਵਾਧਾ ਵਾਧਾ ਮੈਨੂੰ ਲੱਗਦਾ ਵੀ ਉਹੀ ਚੀਜ਼ ਬਣਦੀ ਜਿਹੜੀ ਦਰਦ ਰਹਿੰਦੀ ਉਹੀ ਕਾਰਨ ਸੀਗਾ ਸ਼ਾਇਦ ਫਿਰ ਉਹ ਨਾ ਉਹਨਾਂ ਕੋਲ ਲੈ ਗਏ ਟਾਂਡੇ ਤੇ ਉਹ ਕਹਿੰਦੇ ਵੀ ਤੁਸੀਂ ਇਹਨਾਂ ਦੀ ਐਮ ਆਰ ਕਰਕੇ ਦੇਖਦੇ ਕੀ ਹੈ ਕਹਿੰਦੇ ਉੱਥੇ ਲਿਆਇਓ ਮਕਸੂਦਾਂ ਅਸੀਂ ਉੱਥੇ ਲੈ ਗਏ ਮਕਸੂਦਾਂ ਉਹਨਾਂ ਨੇ ਜਦੋਂ ਕੀਤਾ ਤੇ ਉਹ ਕਹਿੰਦੇ ਵੀ ਇਹਨਾਂ ਦੇ ਨੇ ਟਿਊਮਰ ਹੈ ਫਿਰ ਉਹ ਮਤਲਬ ਉਹ ਲਾਲਚੀ ਨਹੀਂ ਸੀਗਾ ਉਹ ਕਹਿੰਦੇ ਤੁਸੀਂ ਇਦਾਂ ਕਰੋ ਪੀ ਜੇ ਇੱਕ ਵਾਰ ਦਿਖਾ ਲਓ ਇੱਕ ਫਿਰ ਉਹਨਾਂ ਨੇ ਸਾਨੂੰ ਪੀ ਜੇ ਭੇਜਤਾ ਪੀ ਜੇ ਲੈ ਗਏ ਅਸੀਂ ਪੀ ਜੈ ਤਾਂ ਬਹੁਤ ਉਥੇ ਹਾਲਤ ਵਾਲਾ ਤੁਹਾਨੂੰ ਪਤਾ ਕੀੜੀਆਂ ਮਕੌੜਿਆਂ ਵਾਂਗੂ ਦੁਨੀਆ ਉਥੇ ਬੈਠੀ ਹੈ ਨਾ ਆਈ ਕਿਹਾ ਜੀ ਇੱਥੇ ਉਥੇ ਬੈੱਡ ਵੀ ਨਹੀਂ ਮਿਲਦਾ ਅੱਛਾ ਜੀ ਉਥੇ ਨੂੰ ਤੁਹਾਨੂੰ ਬੈੱਡ ਮਿਲ ਜਾਂਦਾ ਸੀ ਉਥੇ ਐਡਮਿਟ ਵੀ ਹੋ ਜਣਾ ਸੀ ਅੱਛਾ ਆਪਰੇਸ਼ਨ ਕਰਾ ਲੜਾ ਹਾਂ ਉਹ ਕਹਿੰਦੇ ਦੱਸ ਰਹੇ ਸੀ ਕਿ ਆਪਰੇਸ਼ਨ ਵੀ ਦੋ ਤਿੰਨ ਵਾਰ ਤਿਆਰੀ ਕਰਵਾਈ ਹੈ ਹੋ ਕੀ ਕਹਿੰਦੇ ਉਹ ਬਾਅਦ ਵਿੱਚ ਗੱਲ ਹੈ ਉਹ ਐਡਮਿਟ ਉਹਨਾਂ ਨੇ ਉਥੇ ਕਹਿੰਦੇ ਵੀ ਐਡਮਿਟ ਕਰ ਲੈਨੇ ਇਹਨਾਂ ਨੂੰ ਤੇ ਫਿਰ ਬੈੱਡ ਨਹੀਂ ਉਹ ਸਟ੍ਰੈਚਰ ਤੇ ਰਹਿਣਾ ਪੈਣਾ ਮੈਂ ਕਿਹਾ ਸਟ੍ਰੈਚਰ ਤੇ ਫਿਰ ਕਿੰਨੇ ਦਿਨ ਰਵਾਂਗੇ ਇੱਥੇ ਫਿਰ ਅਹੀ ਇਹਨਾਂ ਕੋਈ ਵਹੀ ਵਾਪਸ ਇਥੇ ਕੀ ਡਾਕਟਰ ਦਾ ਨਾਮ ਨੂੰ ਇਹਨਾਂ ਦੇ ਸਕਿਪ ਹੋ ਗਿਆ ਹਾਂਜੀ ਤੇ ਮੁੜ ਕੇ ਯੂ ਨੋ ਐਡਮਿਟ ਕਰਾਤੇ ਸੀ ਤੇ 4 ਵਜੇ ਤਾਂ ਪਰਮਾਤਮਾ ਨੇ ਕਹਿੰਦੇ ਵੀ ਮਤਲਬ ਰੱਬ ਰੱਖਦਾ ਜਦੋਂ ਇਹਨਾਂ ਨੂੰ ਇਹਨਾਂ ਦੀ ਬੀਪੀ ਨੇ ਕੰਟਰੋਲ ਹੁੰਦਿਆ ਸੀਗਾ ਅੱਛਾ ਬੀਪੀ ਉਹ ਕਹਿੰਦੇ ਵੀ ਇਹਨਾਂ ਨੂੰ ਘਰ ਲੈ ਜਾਓ ਦਵਾਈ ਦੇ ਦਿੰਨੇ ਆ ਤੇ ਬੀਪੀ ਕੰਟਰੋਲ ਹੋ ਜੇ ਫੇਰ ਆ ਜਿਓ ਤੇ ਫਿਰ ਆਪਰੇਟ ਆਪਰੇਟ ਕਰ ਦਾਂਗੇ ਕੰਟਰੋਲ ਉਹ ਦਵਾਈ ਖਾਧੀ ਤੇ ਠੀਕ ਹੋ ਗਏ ਫੇਰ ਅਸੀਂ ਲੈ ਗਏ ਉੱਥੇ ਫਿਰ ਉਹ ਐਡਮਿਟ ਕੀਤਾ ਤਿੰਨ ਚ ਚਾਰ ਪੰਜ ਦਿਨ ਫੇਰ ਰੱਖਿਆ ਉਹਨਾਂ ਨੇ ਫਿਰ ਨੀ ਬੀਬੀ ਕੰਟਰੋਲ ਹੋਇਆ ਉੱਥੇ ਜਾ ਕੇ ਡਰ ਕਰਦੇ ਡਰ ਕਰਕੇ ਉਹਨਾਂ ਦਾ ਸ਼ੌਦਾ ਹੋ ਜਾਂਦਾ ਫਿਰ ਅਸੀਂ ਲੈ ਆਏ ਤੇ ਮੈਂ ਇਨ ਬੀਟਵੀਨ ਮੈਂ ਉਹ YouTube ਦੇਖਦਾ ਦੇਖਦਾ ਇਹਨਾਂ ਦੀ ਮੈਂ ਵੀਡੀਓ ਦੇਖ ਲਈ ਕੋਈ ਰਸੌਲੀਆਂ ਦੀ ਗੱਲ ਕਰਦੇ ਪਏ ਸੀਗੇ ਤੇ ਮੈਂ ਕਿਹਾ ਚਾਹ ਉੱਥੇ ਦਿਖਾ ਕੇ ਦੇਖ ਲੈਣੇ ਫਿਰ ਇਹਨਾਂ ਕੋ ਲੈ ਗਏ ਅਸੀਂ ਇੱਕ ਮਹੀਨੇ ਦੇ ਜਦੋਂ ਇਹਨਾਂ ਨੂੰ ਦਵਾਈ ਦਿੱਤੀ ਤੇ ਇੱਕ ਮਹੀਨੇ ਦੇ ਵਿੱਚ ਇਹ ਕਹਿੰਦੇ ਵੀ ਮੈਨੂੰ ਨਾ ਮੇਰੀ ਦਰਦ ਰੁਕ ਗਈ ਹੈ ਪਰ ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਇਹ ਫਿਰ ਵੀ ਰੈਗੂਲਰ ਇੱਕ ਇੱਕ ਮਹੀਨੇ ਦੀ ਫਿਰ ਇਹਨਾਂ ਕੋ ਆਨਲਾਈਨ ਵੀ ਮੰਗਾਉਂਦੇ ਰਹੇ ਕਟੂ ਕਟ 8 ਸਨੋ ਮਹੀਨੇ ਦਵਾਈ ਖਾਦੀ ਹੂੰ ਹੂੰ 8-9 ਮਹੀਨੇ ਬਾਅਦ ਮੈਂ ਇਹਨਾਂ ਨੂੰ ਫਿਰ ਜਦੋਂ ਅਸੀਂ 6 ਮਹੀਨੇ ਬਾਅਦ ਕੋਈ ਰਾਈ ਐ ਐਮ ਆਰ ਆਈ ਇਹਨਾਂ ਨੂੰ ਭੇਜੀਏ ਕਹਿੰਦੇ ਪਾਰਟੀ ਬਣ ਗਈ ਤੁਹਾਡੇ ਵਾਲ ਰਸੋਲੀ ਘਟ ਗਈ ਹੈ ਅੱਛਾ ਕਿੰਨੇ ਤੋਂ ਕਿੰਨੇ ਦੀ ਘਟ ਗਈ ਸੀ ਜੀ ਕਿੰਨੇ ਐਮ ਐਮ ਦੀ ਸੀ ਪਹਿਲਾਂ ਇਹ ਪਤਾ ਨਹੀਂ ਰਿਪੋਰਟ ਦੇ ਵਿੱਚ ਮੇਰੇ ਕੋਲ ਮੋਬਾਈਲ ਦੇ ਵਿੱਚ ਰਿਪੋਰਟ ਹੋਣੀ ਹੈ ਮੈਂ ਤੁਹਾਨੂੰ ਬਾਅਦ ਚ ਦਿਖਾ ਦਿੰਨਾ ਜੀ 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 ਇਹ 16 ਤੋਂ ਚੱਲੀ ਸੀ ਜੀ ਹਾਂ ਸ਼ਾਇਦ ਇੰਨੀ ਹੁਣ ਮੈਨੂੰ ਨਹੀਂ ਦਵਾ ਦਿੱਤੀ ਡੇਢ ਸਾਲ 2 ਸਾਲ ਹੋ ਗਏ ਹੁਣ ਪਤਾ ਭੁੱਲ ਗਿਆ अच्छा ते फेर और कोई दवाई ਵੀ ਨਹੀਂ ਖਾਂਦੇ ਨਹੀਂ ਨਹੀਂ ਹੁਣ ਬੰਦ ਕਰਤੀ ਦਵਾਈ ਇਹ ਖਾਦੀ ਸੀ ਸਿਰੋਂ 9 ਮਹੀਨੇ ਦਵਾਈ ਖਾਦੀ ਅੱਛਾ 9 ਮਹੀਨੇ ਬਾਅਦ ਫਿਰ ਇਹਨੇ 12 ਮਹੀਨੇ 1 ਸਾਲ ਬਾਅਦ ਕਰਾਈ ਰਿਪੋਰਟ ਫੇਰ ਦੁਬਾਰਾ ਹੂੰ ਇੱਕ ਵਾਰੀ ਤੇ ਜੋ ਕਰਾਈ ਉਹ ਤਾਂ ਘਟ ਗਈ ਸੀ ਨਾ ਅੱਛਾ ਫਿਰ ਇਹ ਮਤਲਬ ਦਵਾਈ ਬੰਦ ਕਰ ਉਹ ਕਹਿੰਦੇ ਮੈਂ ਨਹੀਂ ਖਾਣੀ ਦਵਾਈ ਮੇਰੇ ਮੈਂ ਨੱਕ ਗਿਆ ਹੁਣ ਨਹੀਂ ਮੈਂ ਦਵਾਈ ਖਾਣੀ ਹੁਣ ਜੋ ਹੋਊਗਾ ਹੋਊਗਾ ਠੀਕ ਹੈ ਫਿਰ ਅਸੀਂ ਉਧਰ ਉਹ ਸਕੈਨ ਨਹੀਂ ਕਰੇ ਮੈਂ ਕਿਹਾ ਮੰਮੀ ਘਟ ਗਈ ਖਾ ਲੋ ਦਵਾਈ ਪਰ ਇਹ ਕਹਿੰਦੇ ਨਹੀਂ ਮੈਂ ਨਹੀਂ ਖਾਣੀ ਦਵਾਈ ਹੁਣ ਅੱਛਾ ਮੈਂ ਕਿਹਾ ਚੱਲ ਛੱਡ ਦੋ ਫਿਰ ਤੇ 12 13 ਜਾਂ 13 14 ਮਹੀਨੇ ਬਾਅਦ ਫਿਰ ਦੁਬਾਰਾ ਕਰਾਈ ਤੇ ਉਹ ਫਿਰ ਮੈਂ ਇਹਨਾਂ ਨੂੰ ਭੇਜੀ ਇਹ ਕਹਿੰਦੇ ਇਹ ਬਿਲਕੁਲ ਖਤਮ ਹੋ ਗਈ ਹੈ ਤੇ ਫਿਰ ਦਵਾਈ ਦਾ ਹੀ ਅਸਰ ਹੀ ਹੋਇਆ ਮਤਲਬ ਜਿਹੜੀ ਨਾਮੁਰਾਦ ਬਿਮਾਰੀ ਦਿਮਾਗ ਦੇ ਵਿੱਚ ਪੈਦਾ ਹੋਈ ਤੇ ਕੋਈ ਇਲਾਜ ਨਹੀਂ ਡਾਕਟਰ ਕਹਿੰਦੇ ਸੀ ਕਿ ਜੇ ਆਪਰੇਟ ਕੀਤਾ ਨਾ ਤੇ ਪਾਸਾ ਇਹਨਾਂ ਦਾ ਮਤਲਬ ਬਲੱਡ ਬ੍ਰੇਨ ਦੇ ਵਿੱਚ ਬਲੱਡ ਆ ਜਾਣਾ ਤੇ ਪਾਸਾ ਇੱਕ ਮਾਰਿਆ ਜਾਣਾ ਬੈੱਡ ਤੇ ਰਹਿ ਜਾਣਗੇ ਓਕੇ ਤੇ ਮੈਂ ਕਿਹਾ ਵੀ ਜੇ ਬੈੱਡ ਤੇ ਹੀ ਰਹਿਣਾ ਤਾਂ ਫਿਰ ਦਵਾਈ ਘੱਟੋ ਖਾਣੀ ਆਪਰੇਟ ਕਰਤਾ ਕਰਾਉਣਾ ਫਿਰ ਕੋਈ ਹੋਰ ਪਾਸਾ ਦੇਖ ਲੈਨੇ ਹਾਂ ਫੇਰ ਕੁਦਰਤੀ ਪ੍ਰਮਾਤਮਾ ਨੇ ਮਿਹਨਤ ਕੀਤੀ ਤੇ ਠੀਕ ਹੋ ਗਏ ਹੁਣ ਜੀ 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 ਬਿਲਕੁਲ ਠੀਕ ਠਾਕ ਬੈਠੇ ਨੇ ਤੁਹਾਡੇ ਸਾਹਮਣੇ ਦੇਖੋ ਤੁਸੀਂ ਇਹ ਸਾਡੇ ਮਾਤਾ ਜੀ さん ਜਿਨ੍ਹਾਂ ਨੂੰ ਪ੍ਰੋਬਲਮ ਜਿਨ੍ਹਾਂ ਨੂੰ ਦਿੱਕਤ ਹੈਗੀ ਸੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਤਜਰਬਾ ਖੁਦ ਦਾ ਜਾਣਦੇ ਆ ਤੇ ਕੀ ਹੈ ਸੱਚੀ ਕਲ ਮਾਤਾ ਜੀ ਸੱਚੀ ਕਾ ਬੀਟੇ ਜੀ ਮੈਨੂੰ ਤਾਂ ਕੁਝ ਲੱਗਦੀ ਨਹੀਂ ਵੀ ਤੁਸੀਂ ਹੁਣ ਕੋਈ ਬਿਮਾਰ ਠਮਾਰ ਹੋ ਕੁਝ ਹੋਰ ਹੋ ਨਹੀਂ ਮਿਹਰਬਾਨੀ ਤੁਹਾਡੀ ਬਹੁਤ ਹੈ ਕਿ ਨਾ ਮੈਂ ਠੀਕ ਕੀਤੀ ਹੈ ਸ਼ੁਕਰ ਤੁਹਾਡਾ ਤੇ ਮੈਂ ਬਹੁਤ ਔਖੀ ਸੀ ਅੱਛਾ ਜੀ ਸਿਰ ਦਰਦ ਕਰਦਾ ਇਹ 10 ਵਜੇ ਨਾਲ ਰਾਤ ਦੇ ਦਰਦ ਹੋਣ ਲੱਪਿਆ ਅੱਛਾ ਤੇ ਮੈਂ ਆਪਣੇ ਘਰ ਦੇ ਸਰਦਾਰ ਜੀ ਨੂੰ ਨਹੀਂ ਠਾ ਸਕੀ ਮੈਂ ਚੱਲ ਗਈ ਅੱਗੇ ਵੀ ਇਹ ਆ ਰਹਿੰਦਾ ਹੈ ਹੋਣ ਵੀ ਇਹਨਾਂ ਦਾ ਇਹੀ ਹਾਲ ਹੀ ਰਹਿਣਾ ਸੇਰ ਦਾ ਕੀ ਠਾਣਾ ਇਹਨਾਂ ਨੂੰ ਫਿਰ ਦੁਬਾਰੀ ਹੋ ਗਈ ਤੇ ਫਿਰ ਮੈਂ ਉਹਨਾਂ ਨੂੰ ਠਾਇਆ ਪਿੰਡਾਂ ਨੇ ਕੋਈ ਟਿਕਟੁਕੇ ਲਾਈ ਉਹਨਾਂ ਨੇ ਤੇ ਕੋਈ ਫਰਨਾ ਵੀ ਆ ਫਿਰ ਮੈਂ 5 ਵਜੇ ਨਾਲ ਟਾਂਡੇ ਚੱਲ ਗਈ ਟਾਂਡੇ ਗਈ ਉਹਨਾਂ ਨੇ ਵੀ ਠੀਕੇ ਲਾਏ ਮੈਨੂੰ ਟਿਕਟੁਕੇ ਲਾਏ ਤੇ ਫਿਰ ਮੁਰਗੇ ਡਾਕਟਰ ਕਹਿੰਦੇ ਤੁਹਾਨੂੰ 2 ਵਜੇ ਨਾਲ ਮਿਲਣਾ ਹੈ ਫੇ ਪੇਂਟ ਆ ਗਈ ਪਿੰਡੂ ਆਣ ਕੇ ਫਿਰ ਮੈਂ 2 ਵਜੇ ਫੇਰ ਗਈ ਅੱਛਾ ਫਿਰ ਉਹਨਾਂ ਨੇ ਦਵਾਈ ਦੁੱਧ ਦਿੱਤੀ ਕੋਈ ਫਰਕ ਫੁਰਕ ਨਹੀਂ ਪਿਆ ਫਿਰ ਮੈਂ ਜਲੰਧਰ ਲੈ ਗਏ ਅੱਖ ਬੰਦ ਹੋ ਗਈ ਮੇਰੀ ਅੱਖ ਦੁੱਧਿਸਣਾ ਵੀ ਨੂੰ ਨਹੀਂ ਦਿੱਤਾ ਕੁਝ ਇੱਕ ਅੱਖ ਬੰਦ ਹੋ ਗਈ ਸੀ ਇੱਕ ਅੱਖ ਬਿਲਕੁਲ ਬੰਦ ਹੋ ਗਈ ਸੀ ਮੇਰੀ ਫਿਰ ਮੈਨੂੰ ਜਲੰਧਰ ਲੈ ਗਏ ਜਲੰਧਰ ਲੈ ਗਏ ਉੱਥੇ ਐਮਰਿ ਕਰਾਈ ਉੱਥੇ ਨਿਕਲੀ ਰਸੋਲੀ ਅੱਛਾ ਫਿਰ ਮੇਨੂੰ ਮਸੂਦਾ ਉਹਨਾਂ ਨੇ ਦਾ ਹਲ ਕਰਾਈ ਅੱਛਾ ਕਰਾਈ ਤੇ ਉਹਨਾਂ ਨੇ ਦਾ ਹਲ ਕਰ ਲੀ ਉਹ ਤੇ ਦਾਹਲ ਕੀਤੀ ਤੇ ਮੇਰਾ ਕਦੀ ਬੀਪੀ ਵਾਜ ਜਾਂਦਾ ਹੀ ਕਦੀ ਮਤਲਬ ਡਰ ਲੱਗਦਾ ਸੀ ਉਸ ਵੇਲੇ ਵੀ ਪਤਾ ਨਹੀਂ ਕੀ ਉਹ ਕੋਈ ਡਰ ਵੀ ਡਰਦੀ ਵੀ ਨਹੀਂ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਮੈਂ ਉਹਨਾਂ ਨੂੰ ਡਰਦੀ ਵੀ ਨਹੀਂ ਮੈਂ ਕਿਹਾ ਮੇਰਾ ਪ੍ਰੈਸ਼ਰ ਚੱਕ ਦੋ ਤਿੰਨ ਚਾਰ ਵੀ ਡਾਕਟਰ ਆਏ ਮੈਂ ਉੱਥੇ ਪ੍ਰੈਸ਼ਰ ਕਹਿੰਦਾ ਮਾਤਾ ਲੋਕੀ ਤੇ ਪ੍ਰੈਸ਼ਰ ਦਾ ਨਾਮ ਲੈਂਦੇ ਤੂੰ ਉਹ ਤੇ ਡਰਦੀ ਹੀ ਨਹੀਂ ਪੀ ਮੈਂ ਕਹਿੰਦੀ ਮੈਂ ਪ੍ਰੈਸ਼ਰ ਕਰਾਣਾ ਹੀ ਮੈਨੂੰ ਪ੍ਰੈਸ਼ਰ ਕਰਦੇ ਕਹਿੰਦਾ ਜੀ ਮਤਲਬ ਪਰੇਸ਼ਾਨੀ ਇੰਨੀ ਜ਼ਿਆਦਾ ਸੀ ਹਾਂਜੀ ਬਹੁਤ ਥੋੜੀ ਵੀ ਨਹੀਂ ਬਹੁਤ ਹੀ ਸੀ ਸੇਰ ਦੀ ਤੇ ਮਤਲਬ ਮੈਂ ਗੱਲ ਵੀ ਨਹੀਂ ਕਰ ਸਕਦੀ ਸੀ ਬੋਲਿਆ ਵੀ ਨਹੀਂ ਜਾਂਦਾ ਮੇ ਕੋਲ ਇੰਨੀ ਮੇਰੀ ਹਾਲਤ ਮਾ ਦਵਾਈਆਂ ਪਰ ਖਾਂਦੀ ਪਰ ਨਹੀਂ ਹਟਦੀ ਨਾ ਨਹੀਂ ਪਤਾ ਕਿ ਸੇਦਰ ਸੋਲੀ ਨਾ ਨਹੀਂ ਪਤਾ ਨਹੀਂ ਆਪਣੇ ਆਪ ਤੇ ਉਹਦੇ ਬਾਅਦ ਫਿਰ ਮੈਨੂੰ ਚੰਡੀਗੜ੍ਹ ਲੈ ਕੇ ਉਹਨਾਂ ਡਾਕਟਰਾਂ ਨੇ ਕਿਹਾ ਤਾਂ ਚੰਡੀਗੜ੍ਹ ਲੈ ਜਾ ਫਿਰ ਮੈਂ ਚੰਡੀਗੜ੍ਹ ਗਈ ਉਹਨਾਂ ਨੇ ਵੀ ਰਸੋਲੀ ਦੱਸੀ ਤੇ ਫਿਰ ਉੱਥੇ ਕੋ ਮੰਜਾ ਮੁੰਜਾ ਸਾਨ ਨਹੀਂ ਕੁਝ ਮਤਲਬ ਚੰਗਾ ਜਿਹਾ ਨਹੀਂ ਲੱਗਾ ਉੱਥੇ ਵੀ ਆਪਰੇਸ਼ਨ ਦੀ ਤਿਆਰੀ ਕਰਾ ਲਈ ਸੀ ਤੇ ਪਰੇਸ਼ਾਨੀ ਪੂਰੀ ਤਿਆਰੀ ਹੋ ਗਈ ਫਿਰ ਮੈਂ ਕਿਹਾ ਮੈਂ ਬੇਟਾ ਮੇਰਾ ਆਇਆ ਤੇ ਫਿਰ ਮੈਂ ਪਰੇਸ਼ਾਨ ਕਰਾਣਾ ਨਹੀਂ ਤੇ ਮੈਂ ਪਰੇਸ਼ਾਨ ਨਹੀਂ ਕਰਾਣਾ ਹੈਗਾ ਤੇ ਬੇਟਾ ਮੇਰਾ ਬਾਹਰ ਸੀ ਫਿਰ ਉਹਦੀ ਡੀਡੀ ਕਰਦੇ ਕਰਦੇ ਬੇਟਾ ਆ ਗਿਆ ਫਿਰ ਮੋੜ ਕੇ ਦਾਹਲ ਫਿਰ ਮੋਈ ਤੇ ਫਿਰ ਬੇਟਾ ਮੇਰਾ ਨਾਲ ਰਿਹਾ ਤੇ ਉਹ ਕਹਿੰਦਾ ਕੋਈ ਨਹੀਂ ਕਰ ਲੈਨੇ ਖੂਨ ਵੀ ਦਿੱਤਾ ਦੋ ਪੋਤਰਾਂ ਤਿਆਰੀ ਪੂਰੀ ਹੁੰਦੀ ਰਹੀ ਏ ਤਿਆਰੀ ਮੈਂ ਲੈਕ ਵੀ ਜਾਂਦੇ ਰਹੇ ਪਰ ਪਹਿਲਾਂ ਬੀਪੀ ਸ਼ੂਗਰ ਵੱਧ ਗਿਆ ਮੁੜ ਕੇ ਮੇਰੇ ਬਾਥਰੂਮ ਦੀ ਪਰੋਮਰ ਹੋ ਗਈ ਮੈਨੂੰ ਉਹ ਕਹਿੰਦੇ ਕੁਛ ਨਹੀਂ ਹੁੰਦਾ ਕੁਛ ਮੈਂ ਨਰਸਨ ਕੇ ਮੈਂ ਕਹਿੰਨੀ ਮੇਰੇ ਨਾਲ ਹੀ ਲਾ ਦੋ ਮੇਰੇ ਬਹੁਤ ਦਰਦ ਹੁੰਦੀ ਵੀ ਮੇਰੇ ਕੋ ਵਾਂ ਮੈਂ ਮੇਮਰ ਜਨ ਪਰਿਸ਼ੰਤ ਪਹਿਲਾਂ ਮੈਂ ਖਤਮ ਹੋ ਜਾਣਾ ਮੈਨੂੰ ਕੋ ਫਾਇਦਾ ਨਹੀਂ ਹੈਗਾ ਮੋੜ ਕੇ ਫਿਰ ਬਾਅਦ ਮੇਰੇ ਬੇਟਾ ਨੇ ਖੂਦ ਚੈੱਕ ਕੀਤਾ ਤੇ ਇੰਨੇ ਨੇ ਮੈਨੂੰ ਲੁਧਿਆਣੇ ਲੈ ਕੇ ਕਹਿੰਦੇ ਆਪਾਂ ਉੱਥੇ ਦਵਾਈ ਚੱਲਨੇ ਆਪਾਂ ਨਹੀਂ ਪਰੇਸ਼ਾਨ ਕਰਾਂਦੇ ਤੇ ਆਪਾਂ ਦਦੀਸੀ ਦਵਾਈ ਵੇ ਲੈਣੇ ਅੱਛਾ ਫਿਰ ਨਾ 슈ਗਰ ਦੇ ਡਾਕਟਰ ਮਿਲ ਗਿਆ ਗੋ ਤੇ ਮੈਂ ਪਰੇਸ਼ਾਨ ਦੇ ਮੈਨੂੰ ਇਹਨਾਂ ਨਾਲ ਬਚਾਤੀ ਕਿ ਉਹ ਡਾਕਟਰ ਥੋੜੇ ਮੂਰੇ ਬੈਠੇ ਨੇ ਹੀ ਡਾਕਟਰ ਨੇ ਹਾਂ ਹਾਂ ਜੀ ਹੈ ਹੀ ਡਾਕਟਰ ਨੇ ਕਿ ਨਾਲ ਮੈਨੂੰ ਬਚਾਤੀ ਸ਼ੂਗਰ ਸ਼ੂਗਰਾਂ ਦੀ ਉਮਰਾਂ ਵੱਡੀਆਂ ਵੱਡੀਆਂ ਹੋਣ ਸਾਡੀਆਂ ਉਮਰਾਂ ਵੀ ਇਹਨਾਂ ਨਾਲ ਲੱਗਾ ਕਿ ਨਾ ਮਰੀਜ਼ ਨੂੰ ਬਚਾਇਆ ਜਿੱਤੇ ਇੱਕ ਗੱਲ ਹੋਰ ਦੱਸੋ ਜਦੋਂ ਇੰਨੀ ਜ਼ਿਆਦਾ ਪਰੇਸ਼ਾਨੀ ਸੀ ਇੰਨੀ ਜ਼ਿਆਦਾ ਦਿੱਕਤ ਸੀ ਮਨ 'ਚ ਉਸ ਵੇਲੇ ਕੀ ਕਿਵੇਂ ਆਪਣੇ ਆਪ ਨੂੰ ਸੰਭਾਲਦੇ ਸੀ ਸਿਰਦਰਦ ਮੈਨੂੰ ਪਤਾ ਹੈ ਜਦੋਂ ਹੁੰਦਾ ਬੰਦੇ ਦੇ ਤੇ ਚੀਕਾ ਕਢਾ ਦਿੰਦਾ ਚੀਕਾ ਫਿਰ ਕੋਈ ਇਦਾਂ ਹੀ ਹੈ ਕੋਈ ਗੁਰੂ ਦਾ ਨਾਮ ਲੈ ਹੀ ਲੀਦਾ ਹੈ ਤੇ ਫਿਰ ਉਹ ਥੋੜਾ ਗਾਹ ਮੌਸਲਾ ਗੁਰੂ ਤੇ ਹੀ ਦਿੰਦਾ ਹੈ ਗੁਰੂ ਨਾਨਕ ਦਾ ਨਾਮ ਲਈ ਤੇ ਫਿਰ ਹੌਸਲਾ ਦੇਂਦੇ ਹੀ ਹੈ ਤੇ ਇਹਨਾਂ ਦੇ ਕਰਕੇ ਫਿਰ ਬਹੁਤ ਆਪਣੇ ਆਪ ਨੂੰ ਬੋਧ ਰੱਖੇ ਕਿ ਮਤ ਘਰਦੇ ਨੂੰ ਨਹੀਂ ਮੈਂ ਮਨੂਮ ਨਹੀਂ ਹੋਣ ਦਿੰਦੀ ਕੁੜੀ ਨੂੰ ਨਹੀਂ ਦੱਸਦੇ ਸੀ ਕੁੜੀ ਨੂੰ ਵੀ ਘਟੇ ਨਾ ਕਿ ਮਮੀ ਕੀ ਮੈਂ ਕਹ ਠੀਕ ਠਾਕ ਬੇਟੇ ਕੀ ਹਾਲ ਮੈਂ ਕਹ ਠੀਕ ਠਾਕ ਫਿਰ 3 ਆਈਆਂ ਕੱਟੀ ਵਗਰ ਮੈਨੂੰ ਕੀ ਹੋਇਆ ਮੈਂ ਠੀਕ ਆ ਇਹਨਾਂ ਨੂੰ ਵੀ ਨਹੀਂ ਮੈਂ ਆਪਣਾ ਨਹੀਂ ਦੁੱਖ ਦੱਸਿਆ ਫਿਰ ਬੇਟਾ ਮੇਰਾ ਮੈਨੂੰ ਕਹਿੰਦਾ ਮੈਂ ਤੈਨੂੰ ਲੈ ਕੇ ਜਾਣ ਲਿਆਂਦੇ ਆ ਨਹੀਂ ਮੈਂ ਕਹਾਂ ਮਰਨ ਦਾ ਮਰਦੀ ਤੇ ਕੋਈ ਨਹੀਂ ਮਰਨਾ ਦੇਗਾ ਇੱਕ ਦਿਨ ਨਹੀਂ ਨਹੀਂ ਕਹਿੰਦਾ ਮੈਂ ਤੈਨੂੰ ਮਰ ਨਹੀਂ ਦੇਣੀ ਤੈਨੂੰ ਨਹੀਂ ਐ ਫਿਰ ੱੱਕੇ ਨਾ ਮੈਨੂੰ ਫਿਰ ਦਵਾਈ ਨਹੀਂ ਅੱਛਾ ਦਵਾਈ ਲੈਣ ਤੋਂ ਬਾਅਦ ਮਾਤਾ ਜੀ ਪਹਿਲੇ ਦਿਨ ਕੋਦੋਂ ਲੱਗਿਆ ਵੀ ਹੈ ਮੇਰੇ ਤਾਂ ਸਿਰਦਰਦ ਹੋਈ ਨਹੀਂ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਇਹਨਾਂ ਦੀ ਦਵਾਈ ਨਾਲ ਮੈਨੂੰ ਦਵਾਈ ਦੇ ਮੈਨੂੰ ਤੇ ਹਫ਼ਤੇ ਦੇ ਵਿੱਚ ਹੀ ਮਤਲਬ ਮੇਰੇ ਸਿਰ ਦੀ ਦਰਦ ਖਲੋ ਗਈ ਸੀ ਹਫ਼ਤੇ ਦੇ ਵਿੱਚ ਵਿੱਚ ਹਾਂਜੀ ਹਾਂਜੀ ਜਿਹੜੇ ਡਾਕਟਰ ਆਪਰੇਸ਼ਨ ਕਰਨ ਨੂੰ ਕਹਿੰਦੇ ਸੀ ਆਪਰੇਸ਼ਨ ਕੋਦੇ ਕੁਦਮਲ ਦੇ ਆ ਨਿੱਕੇ ਦਵਾਈ ਖਾਦੀ ਮੇਰੇ ਹਫਤੇ ਦੇ ਵਿੱਚ ਮੇਰੀ ਦਰਦ ਮਤਲਬ ਸਿਰ ਦੇ ਖਲੋ ਗਈ ਸੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ ਸਾਰੀ ਗੱਲਬਾਤ ਦੇ ਲਈ ਔਰ ਵੈਦ ਆਨੰਦ ਕੁਮਾਰ ਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੈ ਸੀ ਹੁਣ ਇਹ ਸਾਰਾ ਪਰਿਵਾਰ ਤੁਹਾਡੇ ਸਾਹਮਣੇ ਹੈਗਾ ਜਿਸ ਕਿਸੇ ਨੂੰ ਵੀ ਲੱਗਦਾ ਕਿ ਕੋਈ ਸ਼ੰਕਾ ਹੈ ਤਾ ਅਸੀਂ ਨੰਬਰ ਦੇ ਦਾਂਗੇ ਵੈਜ ਨੂੰ ਨਾ ਫੋਨ ਕਰਕੇ ਨਾ ਇਹਨਾਂ ਦੇ ਨੰਬਰ ਲੈ ਸਕਦੇ ਹੋ ਪਰਿਵਾਰ ਦੇ ਤੇ ਤਜਰਬਾ ਇਹਨਾਂ ਦਾ ਤੁਸੀਂ ਆਪ ਵੀ ਸਾਂਝਾ ਕਰ ਸਕਦੇ ਹੋ ਜੀ 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 ਜਿਹੜੀ ਇਹਨਾਂ ਦੀ ਦਵਾਈ ਤੋਂ ਬਾਅਦ ਜਿਹੜੀ ਇਹ ਹੈਗੀ ਹੈ ਕਿਹੜੀ ਤਰੀਕ ਦੀ ਹੈ ਇਹ ਹਾਂ 10 8 2023 ਦੀ ਹੂੰ ਹੂੰ ਇਹਦੇ ਚ ਰਹਿ ਗਈ ਹੈਗੀ ਰਸੋੜੀ ਇਹਨਾਂ ਦੀ ਇੱਕ ਮਿੰਟ ਹਾਂ ਫਰਵਰੀ 2016 2022 ਆ ਜ਼ੂਮ ਕਰਕੇ ਦਿਖਾਓ ਜਰਾ ਆਹ ਡੇਟ ਇੱਥੇ ਦਿਖਾਓ ਫਰਵਰੀ 16 2022 ਡਾਕਟਰ ਸਾਹਿਬ ਦੇਖਿਓ ਇਹਦੇ ਚ ਆ ਕਿੰਨੇ ਐਮ ਐਮ ਦੀ ਰਹੀਗੀ 4 ਕਿੰਨੇ ਦੀ ਇਹਦੀ 6.9 ਐਮ ਐਮ ਦੀ ਹੈ ਜੀ 4 ਗੁਣਾ 6.9 ਐਮ ਐਮ ਕਿੰਨੇ ਅੱਛਾ ਜੀ 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 ਅਸੀਂ ਦਿਖਾ ਲਾ ਦਾਂਗੇ ਜੀ ਇਹਨਾਂ ਨੂੰ ਅਸੀਂ ਉਸ ਤੋਂ ਬਾਅਦ ਵਾਲੀ ਇਹ ਪਹਿਲਾਂ ਇਹ ਸੀਗੀ ਮੁੜ ਕੇ ਆ ਜਿਹੜੀ 23 ਦੇ ਵਿੱਚ ਕਰਾਈ ਅਸੀਂ ਬਾਅਦ ਵਿੱਚ 22 16 ਫਰਵਰੀ ਨੂੰ ਜੀ 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 8 10 8 2023 ਨੂੰ ਇਹਦੇ ਚ ਬਿਲਕੁਲ ਸਾਫ਼ ਹੈ ਕੁਝ ਨਹੀਂ ਹੈ ਇਹਦੇ ਚ ਦੇਖਣ ਨੂੰ ਕੈਂਸਰ ਦੀ ਸੌਲੀ ਖਤਮ ਹੋ ਗਈ ਕੈਂਸਰ ਦੀ ਸੌਲੀ ਖਤਮ ਹੈ ਕੀ ਆ ਬੋਤਾ ਸੋ ਜਿਸ ਨੂੰ ਵੀ ਕਿਸੇ ਨੂੰ ਲੱਗਦਾ ਹੈ ਕਿ ਕੋਈ ਦਿੱਕਤ ਕੋਈ ਪਰੇਸ਼ਾਨੀ ਹੈ ਅਸੀਂ ਇਸ ਪਰਿਵਾਰ ਦਾ ਨੰਬਰ ਵੀ ਡਾਕਟਰ ਸਾਹਿਬ ਨੂੰ ਫੋਨ ਕਰਕੇ ਤੁਸੀਂ ਲੈ ਸਕਦੇ ਹੋ ਆਪਣੀ ਤਸੱਲੀ ਕਰ ਸਕੋਗੇ ਠੀਕ ਹੈ ਜੀ ਤੁਹਾਡਾ ਤੁਸੀਂ ਦਾਵਾ ਕੀਤਾ ਹੈ ਕਾਫੀ ਟਾਈਮ ਹੋ ਗਿਆ ਨ ਦਵਾਈ ਵੀ ਛੱਡੇ ਨੂੰ ਇਹ ਕਾਮਯਾਬੀ ਕਿਵੇਂ ਮਿਲੀ ਪਹਿਲਾਂ ਤਾਂ ਦੁਬਾਰਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੀ ਤੁਸੀਂ ਗਰਾਰੀ ਫਸਾਈ ਤੇ ਆਪਾਂ ਇੱਥੇ ਤੱਕ ਪਹੁੰਚੇ ਇਹ ਮਕਸਦ ਇਹ ਵੀ ਆ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਉਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ ਕੁਦਰਤ ਨੇ ਬੜਾ ਕੁਝ ਦਿੱਤਾ ਆਪਾਂ ਨੂੰ ਸਾਰੇ ਜਣੇ ਨਾ ਥੋੜਾ ਜਿਹਾ ਦਿਮਾਗ ਨੂੰ ਸ਼ਾਂਤੀ ਨਾਲ ਸੋਚਣਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਤਾਂ ਕੈਂਸਰ ਵਾਲਾ ਮਰੀਜ਼ ਡਰ ਛੱਡ ਦੇਵੇ ਇੱਕ ਡਰ ਹਉਆ ਹੀ ਇਹੋ ਜਿਹਾ ਬੈਠ ਜਾਂਦਾ ਉਹ ਬੰਦਾ ਘਬਰਾ ਜਾਂਦਾ ਆਰਾਮ ਨਾਲ ਕਿਸੇ ਵੀ ਵਧੀਆ ਕੰਸਲਟੈਂਟ ਨਾਲ ਕਿਸੇ ਹੋਰ ਪਾਸੇ 'ਚ ਕੈਂਸਰ ਦੀ ਟਿਊਮਰ ਹੋਵੇ ਤੇ ਥੋੜਾ ਬਹੁਤ ਬੰਦਾ ਸਬਰ ਕਰ ਲੈਂਦਾ ਲੇਕਿਨ ਦਿਮਾਗ ਵਾਲੇ ਪਾਸੇ ਤਾਂ ਮੈਂ ਬਹੁਤ ਹਾਲਾਤ ਖਰਾਬ ਦੇਖੇ ਨੇ ਸਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਵੀ ਜਿਹੜੀਆਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਗਈਆਂ ਨੇ ਬਿਲਕੁਲ ਸਰ ਤੁਸੀਂ ਸਹੀ ਕਹਿ ਰਹੇ ਹੋ ਸਾਡੇ ਆਪਣੇ ਪਰਿਵਾਰ ਚ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਕੈਂਸਰ ਅੱਜਕੱਲ ਇੰਡੀਆ ਕੈਂਸਰ ਕੈਪੀਟਲ ਬਣ ਚੁੱਕਿਆ ਮੈਂ ਪਰਸੋਂ ਖਬਰ ਸੁਣੀ ਸੀ ਮੈਂ ਬਹੁਤਾ ਇਸ ਚੀਜ਼ ਨੂੰ ਪ੍ਰਮੋਟ ਨਹੀਂ ਸੀ ਕਰਨਾ ਚਾਹੁੰਦਾ ਇਸੇ ਕਰਕੇ ਇੰਨੇ ਸਮੇਂ ਤੱਕ ਆਪਾਂ ਗੱਲ ਵੀ ਨਹੀਂ ਸੀ ਕੀਤੀ ਇਹ ਤਾਂ ਅੱਜ ਕੱਲਾਂ ਤੇ ਵਿੱਚੋਂ ਚੱਲ ਪਈ ਕਿਉਂਕਿ ਕੈਂਸਰ ਨੂੰ ਬਹੁਤਾ ਪ੍ਰਮੋਟ ਕਰਨਾ ਕੋਈ ਵੀ ਰਿਮਰੀਜ਼ਾ ਨਾਲ ਕੋਈ ਅਣਸਕਾਮੀ ਘਟਨਾ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਵੀ ਕੀ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਪਰ ਮੈਂ ਚਾਹੁੰਦਾ ਕਿ ਜਿੰਨੇ ਲੋਕਾਂ ਦਾ ਭਲਾ ਹੋ ਸਕੇ ਜਿੰਨੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਅਸੀਂ ਦਵਾਈਆਂ ਤਿਆਰ ਕਰਵਾਈਆਂ ਹੋਈਆਂ ਨੇ ਕਿਸੇ ਵੀ ਨਾਮਰਾਦ ਬਿਮਾਰੀ ਲਈ ਤੁਸੀਂ ਸਾਨੂੰ ਇੱਕ ਵਾਰੀ ਟ੍ਰਾਈ ਕਰ ਸਕਦੇ ਹੋ ਇਹ ਜੀ ਦਵਾਈ ਮੈਂ ਤੁਹਾਨੂੰ ਇੱਕ ਦਿਖਾ ਵੀ ਦਿੰਦਾ ਇੱਕ ਮਿੰਟ ਉਹ ਮੈਂ ਤਾਂ ਆਪ ਤੁਹਾਨੂੰ ਇਹੀ ਪੁੱਛ ਰਿਹਾ ਸੀ ਵੀ ਕੀ ਹੈ ਕੀ ਚੀਜ਼ ਜਿਹਦਾ ਕਿਹੜੇ ਨੁਸਖੇ ਨਾਲ ਤੁਸੀਂ ਕਾਮਯਾਬੀ ਕੀਤਾ ਇਹ ਨੁਸਖੇ ਨੂੰ ਪੇਟੈਂਟ ਕਰਵਾ ਰਹੇ ਹਾਂ ਜੀ ਪੇਟੈਂਟ ਤਾਂ ਹੋਇਆ ਹੀ ਹੋਇਆ ਵੈਸੇ ਰਿਸਰਚ ਅਸੀਂ ਤਾਂ ਸਿਰਫ ਵਧੀਆ ਕੁਆਲਿਟੀ ਚ ਤਿਆਰ ਕਰਾਉਣ ਤੇ ਜ਼ੋਰ ਲਗਾਉਂਦੇ ਆ ਹੁਣ ਤਾਂ ਹੋਰ ਵੀ ਸੁਧਰਿਆ ਹੋਇਆ ਰੂਪ ਆ ਗਿਆ ਹਾਂਜੀ ਇਹ ਤੁਹਾਨੂੰ ਇਹੀ ਤੇ ਹਾਂਜੀ ਮੈਨੂੰ ਇਹੀ ਦਿੱਤੀ ਸੀ ਤੁਹਾਨੂੰ ਇਹੀ ਦਿੱਤੀ ਸੀ ਤੁਹਾਨੂੰ ਜੀ ਹਾਂਜੀ ਮੇਰਾ ਬੈਗ ਫੜੀ ਐ ਕੀ ਜੀ ਇਹ ਹੈ ਹਲਦੀ ਹੈ ਅੱਛਾ ਸਿਰਫ ਹਲਦੀ ਹੈ ਪਰ ਡਾਕਟਰ ਸਾਹਿਬ ਨੇ ਇਹਨੂੰ ਪਤਾ ਨਹੀਂ ਕਿਹੜੇ ਫਾਰਮੂਲੇਸ਼ਨ ਨਾਲ ਕਰਾਈ ਹੈ ਵੀ ਮਤਲਬ ਇਹ ਇਹੀ ਜਾਣਦੇ ਜੀ 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 ਅੱਛਾ ਇਹ ਚੀਜ਼ ਹੈਗੀ ਜਿਹੜੀ ਕੈਂਸਰ ਦੇ ਉੱਤੇ ਮਾਰਕ ਇਹ ਸਿਰ ਦੇ ਵਾਲ ਤੋਂ ਲੈ ਕੇ ਜੀ ਪੈਰ ਦੇ ਨਹੋਂ ਤੱਕ ਜੀ ਨੂੰ ਸਮਝ ਨਹੀਂ ਆਉਂਦੀ ਨਹੀਂ ਮੈਨੂੰ ਕੀ ਹੋਇਆ ਉਹ ਚੁੱਪ ਕਰਕੇ ਇਹ ਪ੍ਰੋਡਕਟ ਇਸਤੇਮਾਲ ਕਰਕੇ ਜਰੂਰ ਦੇਖ ਲਵੇ ਸਿਰਫ ਇੱਕ ਮਹੀਨੇ ਲਈ ਇੱਕ ਨੁਸਖਾ ਇੰਨਾ ਕਿ ਸ਼ਾਨਦਾਰ ਨੁਸਖਾ ਇਹ ਇਹਨੂੰ ਜਰੂਰ ਇਸਤੇਮਾਲ ਕਰ ਲਓ ਅੱਛਾ ਇਹ ਕੀ ਆਇਟਮ ਬਣਾਈ ਹੈ ਜੀ ਤੁਸੀਂ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਇਹ ਕੀ ਚੀਜ਼ ਹੈ ਆਪਣੇ ਨਾ ਗ੍ਰੰਥਾਂ ਦੇ ਵਿੱਚ ਹਲਦੀ ਨੂੰ ਸਭ ਤੋਂ ਉੱਤਮ ਦਵਾਈ ਮੰਨਿਆ ਗਿਆ ਆਪਣੇ ਹਰ ਰੋਜ਼ ਘਰਾਂ ਦੇ ਵਿੱਚ ਇਸਤੇਮਾਲ ਹੁੰਦੀ ਹੈ ਹਲਦੀ ਦੇ ਵਿੱਚ ਇੱਕ ਤੱਤ ਪਾਇਆ ਜਾਂਦਾ ਕਰਕਿਊਮਿਨ ਕਰਕਿਊਮਿਨ ਬਹੁਤ ਲੋਕ ਪਹਿਲਾਂ ਵੀ ਯੂਜ਼ ਕਰ ਰਹੇ ਨੇ ਅਸੀਂ ਵੀ ਕਰਵਾ ਰਹੇ ਹਾਂ ਪਰ ਇਸ ਕੁਆਲਿਟੀ ਦਾ ਸਾਡੇ ਤੋਂ ਤਿਆਰ ਖੁਦ ਵੀ ਬੜੀ ਮੁਸ਼ਕਿਲ ਨਾਲ ਜਿਹੜਾ ਇਹ ਕਰਕੂਮਿਨ ਹੈ ਬਿਲਕੁਲ ਬਿਲਕੁਲ ਸਾਡੇ ਕੋਲੇ ਆਪਦੇ ਕੋਲੇ ਤਿੰਨ ਤਰ੍ਹਾਂ ਦਾ ਕਰਕੂਮਿਨ ਹੈਗਾ ਵਾ ਥੋੜਾ ਜਿਹਾ ਸਸਤਾ ਫਿਰ ਮੀਡੀਅਮ ਜੀ ਰੇਂਜ ਇਹ ਹਾਈ ਰੇਂਜ ਦਾ ਵਾ ਇਹਦੇ ਰਿਜ਼ਲਟ ਬਹੁਤ ਜਲਦੀ ਨੇ ਇਹਨਾਂ ਦੇ ਰਿਜ਼ਲਟ ਅਸੀਂ ਕਿਸੇ ਵੀ ਤਰ੍ਹਾਂ ਦੇ ਟਿਊਮਰ ਤੇ ਲੈ ਸਕਦੇ ਹਾਂ ਵਿਥਿਨ 1 ਮੰਥ ਹਰ ਤਰ੍ਹਾਂ ਦੇ ਟਿਊਮਰ ਤੇ ਇਹ ਰਿਜ਼ਲਟ ਦਊਗਾ ਟਿਊਮਰ ਮੇਨ ਗੱਲ ਆ ਗਈ ਬਾਕੀ ਜਿਹੜੀ ਵੀ ਕੋਈ ਬਿਮਾਰੀ ਆ ਅਨ ਮਤਲਬ ਛੁਲਜੀ ਜਿਹੜੀ ਜਿਹੜੀ ਬਿਮਾਰੀ ਨੂੰ ਬੰਦਾ ਸੋਚਦਾ ਮੈਂ ਠੀਕ ਨਹੀਂ ਹੋ ਸਕਦਾ ਉਹ ਇੱਕ ਵਾਰੀ ਇਸਤੇਮਾਲ ਕਰਕੇ ਦੇਖ ਲੈ ਪਤਾ ਲੱਗ ਜੂਗਾ ਗੁਰਦੇ ਫੇਲ ਹੋ ਜਾਣ ਲੀਵਰ ਨੂੰ ਕੋਈ ਪ੍ਰੋਬਲਮ ਆ ਜਾਵੇ ਹਾਰਟ ਦੀ ਕੋਈ ਪ੍ਰੋਬਲਮ ਹੋਵੇ ਬ੍ਰੇਨ ਦੀ ਚਲੋ ਆਪਾਂ ਨੇ ਹੁਣ ਡਿਸਕਸ ਕੀਤੀ ہوئی ਆ ਮਸਲ ਦੀ ਕੋਈ ਪ੍ਰੋਬਲਮ ਹੋਵੇ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ ਇਹਨੂੰ ਟਰਾਈ ਕੀਤਾ ਜਾ ਸਕਦਾ ਸਾਰੀਆਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਲਗਭਗ ਲਗਭਗ ਹਲਦੀ ਦਾ ਇਸਤੇਮਾਲ ਹੁੰਦਾ ਹੀ ਆ ਇਹਦੀ ਬਸ ਹਲਦੀ ਦਾ ਹੀ ਇੱਕ ਸੁਧਰਿਆ ਹਾਰੂਪ ਆ ਗੋਡਿਆਂ ਦੀ ਤਕਲੀਫ ਤੋਂ ਦੇਖੋ ਮੇਰਾ ਕੰਮ ਗੋਡਿਆਂ ਦੀ ਤਕਲੀਫ ਤੋਂ ਮਤਲਬ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਜ਼ਿਆਦਾਤਰ ਪ੍ਰੋਬਲਮ ਗੋਡਿਆਂ ਦੀ ਲੇਡੀਜ਼ ਨੂੰ ਆਉਂਦੀ ਹੈ ਜਾਂ ਜ਼ਿਆਦਾ ਉਮਰ ਦੇ ਵਿੱਚ ਜੈਂਟਸ ਨੂੰ ਵੀ ਆਉਂਦੀ ਹੈ ਲੇਡੀਜ਼ ਨੂੰ ਪਹਿਲਾਂ ਆ ਜਾਂਦੀਆਂ ਉਮਰ ਤੋਂ ਕੁਝ ਕਾਰਨ ਹੁੰਦੇ ਨੇ ਗੋਡਿਆਂ ਦੀ ਜਿਹਨੂੰ ਦਰਦ ਸ਼ੁਰੂ ਹੋ ਜਾਂਦੇ ਆ ਸਮੇਂ ਦੇ ਨਾਲ ਨਾਲ ਨੀ ਟਰਾਂਸਪਲੈਂਟਮੈਂਟ ਕਰਾਉਣਾ ਹੀ ਪੈਂਦਾ ਗੋਡੇ ਬਦਲੋਣੇ ਹੀ ਪੈਂਦੇ ਆ ਜੀ 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 ਮੈਡੀਸਨ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਨਾ ਅਸੀਂ ਦਵਾਈ ਤਿਆਰ ਕਰਵਾਈ ਆ ਆ ਨਾਲ ਲੱਗਦੀ ਹੈ ਜਿਉਂ ਤੁਹਾਨੂੰ ਦਿਖਾਇਆ ਗਿਆ 15 ਰੁਪਏ ਦੀ ਇੱਕ ਗੋਲੀ ਤਿਆਰ ਕਰਵਾਈ ਆ ਬਾਦਨੀ ਲੋਕਾਂ ਨੂੰ ਅਲਰਜੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਅੱਛਾ ਜੀ ਉਹਨਾਂ ਵਾਸਤੇ ਆ ਮੰਗਵਾਈਏ ਇਹ ਇਹ ਵਾਲ ਇਹ ਨੀਕੇਰ ਟੈਬਲੇਟ ਆ ਅੱਛਾ ਜੀ 15 ਰੁਪਏ ਅਸੀਂ ਇਹਦੀ ਕੀਮਤ ਰੱਖੀ ਹੈ ਇੱਕ ਗੋਲੀ ਦੀ ਇੱਕ ਗੋਲੀ ਦੀ ਇਹ ਕਿੰਨੇ ਟਾਈਮ ਖਾਣੀ ਪਊ ਇਹ ਤਾਂ ਨਹੀਂ ਹੈਗਾ ਵੀ ਸਾਰੀ ਜ਼ਿੰਦਗੀ ਇਹ ਵੀ ਖਾਣੀ ਪਊ ਜੀ ਨਹੀਂ ਨਹੀਂ ਸਾਰੀ ਜ਼ਿੰਦਗੀ ਦੀ ਕੋਈ ਅਸੀਂ ਗੱਲ ਨਹੀਂ ਜਦੋਂ ਮਰਜੀ ਬੰਦਾ ਇਹਨੂੰ ਆਪਦੇ ਹਿਸਾਬ ਨਾਲ ਛੱਡ ਸਕਦਾ ਪਰ ਅਸੀਂ ਇੱਕ ਰეკਮੈਂਡ ਕਰਦੇ ਹਾਂ ਕਿ 3 ਤੋਂ 6 ਮਹੀਨੇ ਇਸਤੇਮਾਲ ਕਰੋ ਓਕੇ ਫਾਇਦਾ ਮਰੀਜ਼ ਨੂੰ 15 ਦਿਨਾਂ 'ਚ ਪਤਾ ਲੱਗ ਜਾਂਦਾ ਜਿਹੜਾ ਬੰਦਾ ਆਪਰੇਸ਼ਨ ਕਰਾਉਣਾ ਚਾਹੁੰਦਾ ਗੋਡਿਆਂ ਦਾ ਸੋਚ ਰਿਹਾ ਵਾ ਮੈਂ ਇਹ ਕਹਿਣਾ ਕਿ ਆਪਰੇਸ਼ਨ ਕਰਾਉਣ ਤੋਂ ਪਹਿਲਾਂ 15 ਦਿਨ ਇਹ ਟਰਾਈ ਕਰ ਲਓ ਤੇ ਜੇ ਫਰਕ ਨਾ ਪਿਆ ਜੀ ਅਸੀਂ ਗਾਰੰਟੀ ਵੀ ਤੁਸੀਂ ਕੋਈ ਨਾ ਕੋਈ ਫੇਰ ਪੰਗਾ ਖੜਾ ਕਰੋ ਕਿ ਗਰੰਟੀ ਕਾਰਡ ਮੇਰੇ ਕੋਲ ਆ ਦੇਖੋ ਗਰੰਟੀ ਕਾਰਡ ਹਾਂਜੀ ਇਹ ਜੇਬ ਚ ਰੱਖਿਆ ਹੋਇਆ ਹੈ ਤੁਸੀਂ ਹਾਂ ਮੈਂ ਉੱਥੇ ਹੀ ਲੈ ਕੇ ਤੁਰਿਆ ਸੀ ਅੱਛਾ ਤੁਸੀਂ ਮਤਲਬ ਇਹ ਗੱਲ ਕਹਿ ਰਹੇ ਹੋ ਵੀ ਅਗਰ ਜਿਹਨੂੰ ਫਰਕ ਨਹੀਂ ਪਿਆ ਤੁਹਾਡੇ ਕੋਲ ਇਹ ਦਵਾਈ ਲੈ ਗਿਆ 15 ਦਿਨਾਂ ਚ ਉਹਨੂੰ ਫਰਕ ਨਹੀਂ ਪੈਂਦਾ ਤਾਂ ਤੁਸੀਂ ਫਿਰ ਐ ਤਾਂ ਨਹੀਂ ਹੈਗਾ ਵੀ 15 ਦਿਨ ਤੇ ਪੈਸੇ ਕੱਟ ਲਓਗੇ ਨਹੀਂ 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 ਸਾਰੇ ਪੈਸੇ ਮੋੜਾਂਗੇ ਸਿਰਫ ਜਿੰਨੇ ਪੈਸੇ ਦੇ ਕੇ ਜਾਊਗਾ ਜਿੰਨੇ ਪੈਸੇ ਦੇ ਕੇ ਜਾਓ ਕੈਮਰਾ ਦੇ ਸਾਹਮਣੇ ਗੱਲ ਕਰ ਰਿਹਾ ਹਾਂ ਕੈਮਰਾ ਮੇਰੇ ਵੱਲ ਨੂੰ ਕਰ ਲਓ ਜੀ ਸਾਰੇ ਪੈਸੇ ਮੋੜਾਂਗੇ ਜੀ ਜਿੰਨੇ ਦੇ ਕੇ ਜਾਓਗੇ ਸਿਰਫ ਜੀਐਸਟੀ ਜੀਐਸਟੀ ਗਵਰਨਮੈਂਟ ਕੋਲੇ ਚਲੇ ਜਾਂਦਾ ਗਵਰਨਮੈਂਟ ਵਾਪਸ ਨਹੀਂ ਕਰਦੀ ਉਹ ਜੀਐਸਟੀ ਕੱਟ ਕੇ ਪੂਰੇ ਮਹੀਨੇ ਦੀ ਦਵਾਈ ਦੇ ਪੈਸੇ ਮੋੜਾਂਗੇ 15 ਦਿਨ ਬੰਦਾ ਇਸਤੇਮਾਲ ਕਰ ਲਵੇ ਜੇ ਉਹਨੂੰ ਫਾਇਦਾ ਨਹੀਂ ਲੱਗਦਾ ਤਾਂ ਅਗਰ ਉਹਨੂੰ ਫਾਇਦਾ ਲੱਗਦਾ ਅੱਗੇ ਦਵਾਈ ਵਰਤ ਲਵੇ ਜਿੰਨਾ ਚਿਰ ਉਹਦੀ ਪ੍ਰੋਬਲਮ ਜ਼ੀਰੋ ਨਹੀਂ ਹੋ ਜਾਂਦੀ ਉਹਨਾਂ ਚਿਰ ਵਰਤ ਲਵੇ ਤਿੰਨ ਤੋਂ 6 ਮਹੀਨੇ ਚ ਬਿਲਕੁਲ ਨੋ ਵਰ ਨੋ ਹੋ ਜਾਂਦਾ ਬਹੁਤ ਵੱਡ ਮੈਨੂੰ ਲੱਗਦਾ ਕਿ ਪਹਿਲੀ ਵਾਰ ਹੋਏਗਾ ਆਪਣੇ ਗਰੰਟੀ ਕਿਉਂ ਦੇਣੀ ਪੈ ਰਹੀ ਹੈ ਤੁਹਾਨੂੰ ਗਰੰਟੀ ਸਾਡੇ ਵਿਸ਼ਵਾਸ ਹੈ ਅਸੀਂ ਪਹਿਲਾਂ ਬਹੁਤ ਲੋਕਾਂ ਨੂੰ ਦਵਾਈ ਦੇ ਕੇ ਟਰਾਈ ਕੀਤੀ ਆ ਬਹੁਤ ਸਾਰੇ ਲੋਕ ਸਾਡੀ ਵੀਡੀਓ ਦੇਖਦੇ ਆ ਜਾਂ ਜਿਸ ਦਾ ਗਰੰਟੀ ਕਾਰਡ ਵਾਪਸ ਆਇਆ ਫਿਲਹਾਲ ਤੱਕ ਤਾਂ ਇੱਕ ਵੀ ਨਹੀਂ ਆਇਆ ਜੀ ਫਿਲਹਾਲ ਤੱਕ ਕੋਈ ਨਹੀਂ ਆਇਆ ਪਰ ਮੈਂ ਤਿਆਰ ਹਾਂ ਕਿ ਅਗਰ 5 ਤੋਂ 10% ਲੋਕਾਂ ਦੇ ਗਾਰੰਟੀ ਕਾਰਡ ਸਾਨੂੰ ਵਾਪਸ ਸੈਂਡਣ ਸਾਨੂੰ ਪੈਸੇ ਮੋੜਨੇ ਹੀ ਪੈ ਜਾਣ ਤਾਂ ਕੋਈ ਇਸ਼ੂ ਨਹੀਂ ਹੈ ਇਸ ਤਰ੍ਹਾਂ ਦਾ ਮੋੜਾਂਗੇ ਪੈਸੇ ਕੋਈ ਦਿੱਕਤ ਨਹੀਂ ਪਰ ਫਿਲਹਾਲ ਤੱਕ ਕੋਈ ਵਾਪਸ ਨਹੀਂ ਆਇਆ ਔਰ ਇਹ ਵਿਸ਼ਵਾਸ ਨਾਲ ਹੀ ਅਸੀਂ ਇਹ ਗਾਰੰਟੀ ਕਾਰਡ ਲਿਖ ਕੇ ਦਿੱਤਾ ਕਿ ਲੋਕ ਖੁੱਲ ਕੇ ਟਰਾਈ ਕਰ ਲੈਣ ਜੋ ਮੈਡੀਸਨ ਹੈ ਕੀ ਬਾਤ ਹੈ ਜੀ 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 ਸੋ ਪੈਸੇ ਦੇ ਮਾਮਲੇ 'ਚ ਕਿਵੇਂ ਨੇ ਜੀ ਤੁਸੀਂ ਦੱਸ ਰਹੇ ਸੀ ਪੈਸੇ ਦੇ ਮਾਮਲੇ 'ਚ ਬਹੁਤ ਵਧੀਆ ਪਰ ਪੈਸੇ ਨਹੀਂ ਵੀ ਨਾ ਤਾਂ ਵੀ ਪਾ ਦਵਾਈ ਲਿਆਇਓ ਪਾ ਬਾਅਦ ਚ ਦੇ ਦਨ ਪੈਸੇ ਇਹਨਾਂ ਨੂੰ ਐਦਾਂ ਦੀ ਮਤਲਬ ਇੰਦਾ ਹੀ ਨੇਚਰ ਹੈ ਇਹਨਾਂ ਦੀ ਬਹੁਤ ਵਧੀਆ ਨੇਚਰ ਹੈ ਇਹ ਨਹੀਂ ਜੋ ਦੂਰੋਂ ਬੰਦਾ ਚੱਲ ਕੇ ਗਿਆ ਉਹਨੂੰ ਚਾਹ ਪਾਣੀ ਵੀ ਦਿੰਦੇ ਐ ਅੱਛਾ ਜੇ ਭੁੱਖ ਆ ਪੁੱਖ ਲੱਗੀ ਉਹਨੂੰ ਵੀ ਦੇ ਦੋ ਭੁੱਖ ਲੱਗੀ ਐ ਇਹਨਾਂ ਨੇ ਇਹਦੇ ਨਾਲ ਸੈਂਡਵਿਚ ਨਾਲ ਚਾਹ ਸਾਨੂੰ ਹਰ ਵਾਰੀ ਦਿੰਦੇ ਖਵਾਉਂਦੇ ਪਿਉਂਦੇ ਹੁੰਦੇ ਸੀਗੇ ਜਦੋਂ ਇਹ ਜਾਣਾ ਦੂਰੋਂ ਡੇਢ ਘੰਟਾ ਲੱਗ ਜਾਂਦਾ ਘੱਟੋਂ ਡੇਢ ਪੌਣੇ 2 ਘੰਟੇ ਲਾ ਜਾਂਦੇ ਸਵੇਰ ਮਤਲਬ 4-5 ਘੰਟੇ ਰਾਮ ਨਾ ਆਉਣ ਜਾਣ ਲੱਗ ਜਾਂਦਾ ਭੁੱਖ ਲੱਗ ਜਾਂਦੀ ਫਿਰ ਸਿਰ ਬੰਦਾ ਤੁਰਿਆ ਹੋਵੇ ਫਿਰ ਇੰਨੇ ਦੀ ਨੇਚਰ ਹੈ ਮਤਲਬ ਭੁੱਖਾ ਨਹੀਂ ਬੰਦੇ ਨੂੰ ਮੋੜਦੇ ਤੇ ਮੈਂ ਮੈਡੀਸਨ ਤੇ ਦੇਣੀ ਦੇਣੀ ਇਹਨਾਂ ਨੇ ਤੇ ਬੰਦੇ ਨੂੰ ਮਰੀਜ਼ ਨੂੰ ਠੀਕ ਕਰਕੇ ਭੇਜਨੇ ਭੇਜਣਾ ਤੇ ਉਹ ਤਾਂ ਇਹਨਾਂ ਦਾ ਨੇਚਰ ਹੈਗਾ ਹੀ ਹੈਗਾ ਜੀ ਜੀ ਤੇ ਫਿਰ ਮਾਤਾ ਜੀ ਨੂੰ ਕਿਹੜੀ ਦਿੱਤੀ ਸੀ ਤੁਸੀਂ ਜਿਹੜਾ ਕੈਂਸਰ ਵਾਸਤੇ ਕਿਹੜਾ ਨੁਸਖਾ ਫਾਰਮੂਲਾ ਦਿੱਤਾ ਸੀ ਦੇਖੋ ਮੇਨ ਆਈਟਮ ਇਹੀ ਸੀ ਕਰਕਿਊਮਨ ਉਸ ਸਮੇ ਇਹ ਕੈਪਸੂਲ ਫਾਰਮ ਦੇ ਵਿੱਚ ਸੀ ਓਕੇ ਠੀਕ ਹੈ ਨਾ ਇਹ ਹੋਰ ਸੁਧਰਿਆ ਹੋਇਆ ਰੂਪ ਆ ਓਕੇ ਜਲਦੀ ਦਾਈ ਇਸ ਤਰ੍ਹਾਂ ਇਸਤੇਮਾਲ ਕਿਵੇਂ ਕਰਨਾ ਇਹਦਾ ਗਰਮ ਪਾਣੀ ਦੇ ਵਿੱਚ ਜੀ ਗਰਮ ਪਾਣੀ ਦੇ ਵਿੱਚ ਇੱਕ ਡਰਾਪਰ ਹੂੰ ਸਿਰਫ ਐਨਿਕ ਆ ਦੇਖੋ ਇੱਕ ਡਰਾਪਰ ਤੁਹਾਨੂੰ ਪਾਣੀ ਚ ਪਾ ਕੇ ਦਿਖਾ ਦਿਓ ਜੇ ਅਸੀਂ ਦੇਖ ਲਾਂਗੇ ਕਿ ਕਿਸ ਤਰੀਕੇ ਨਾਲ ਇਹਦਾ ਯੂਜ਼ ਕਰਨਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਪਾਣੀ ਕੱਚ ਦੇ ਗਲਾਸ ਚ ਮੰਗਵਾਇਓ ਜੀ ਜੀ ਹੋਰ ਕਿਸੇ ਗਲਾਸ ਚ ਨਹੀਂ ਪੋਣਾ ਇਹ ਤਾਂ ਫ੍ਰੈਗਰੈਂਸ ਉੱਠ ਖੜੀ ਜੀ ਇਹਦੀ ਹਾਂਜੀ ਬਹੁਤ ਵਧੀਆ ਖੁਸ਼ਬੂ ਆ ਜੀ ਇਲਾਇਚੀ ਫਲੇਵਰ ਆ ਹਾਂ ਇਹਦਾ ਤੁਸੀਂ ਮੈਨੂੰ ਲੱਗਿਆ ਕਿ ਤੇ ਇਲਾਇਚੀ ਜੇਬ ਚ ਪਾਈ ਫਿਰਦੇ ਹੋ ਨਹੀਂ 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 ਇਹਦੇ ਵਿੱਚ ਪਾਇਆ ਹੋਇਆ ਰਿ ਇਲਾਇਚੀ ਦਾ ਪੂਰਾ ਐਕਸਟ੍ਰੈਕਟ ਆ ਇਹਦੇ ਵਿੱਚ ਅੱਛਾ ਹਾਂ ਜੀ 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 ਠੀਕ ਤੇ ਇਹ ਕਿੰਨੇ ਟਾਈਮ ਇਹਨੂੰ ਯੂਜ਼ ਕਰਨਾ ਪੈਣਾ ਸਾਨੂੰ ਅਤੇ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਹੈਗੀ ਉਹ ਵੀ ਇਸਤੇਮਾਲ ਕਰ ਸਕਦੇ ਨੇ ਸਰ ਪ੍ਰੋਬਲਮ ਮੇਰੇ ਹਿਸਾਬ ਨਾਲ ਕੋਈ ਵੀ ਐਸਾ ਪਰਸਨ ਆਪਣੇ ਵਿੱਚ ਸਾਰਿਆਂ ਵਿੱਚ ਕੋਈ ਨਹੀਂ ਬੈਠਾ ਜਿਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਜੀ ਜੀ ਔਰ ਜੇ ਬਾਈ ਚਾਂਸ ਕਿਉਂ ਹੈ ਇਹੋ ਜਿਹਾ ਬੰਦਾ ਮੈਂ ਤਾਂ ਮੰਨਦਾ ਨਹੀਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਕੋਈ ਨਾ ਕੋਈ ਪ੍ਰੋਬਲਮ ਹਰ ਕਿਸੇ ਨੂੰ ਜੀ ਜੀ ਹਰ ਕਿਸੇ ਨੂੰ ਵਰਤਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਵਰਤਣੀ ਚਾਹੀਦੀ ਹੈ ਬੱਚਿਆਂ ਲਈ ਇਹਦੇ ਬੈਨੀਫਿਟ ਨੇ ਜਿਹੜੇ ਛੋਟੇ ਬੱਚੇ ਨੇ ਨਿਗਾ ਰੀਅਨਕਾਂ ਲੱਗ ਰਹੇ ਛੋਟੇ ਬੱਚਿਆਂ ਨੂੰ ਜੀ ਜੀ ਇਹਦੇ ਨਾਲ ਹੈਲਪ ਨਾਲ ਉਹ ਬਹੁਤ ਇੰਪਰੂਵਮੈਂਟ ਅੱਜ ਕੱਲ ਬੱਚੇ ਦੀ ਪ੍ਰੋਬਲਮ ਤਾਂ ਇਹ ਹੈ ਕਿ ਖਾ ਹੀ ਨਹੀਂ ਰੇ ਜੇ ਮੋਬਾਈਲ ਜਦ ਤੱਕ ਮੂਰੇ ਨਹੀਂ ਰੱਖਦੇ ਤੁਸੀਂ ਸਾਡੇ ਭੈਣੇ ਵੱਡੇ ਨੇ ਉਹਨਾਂ ਨੂੰ ਪਤਾ ਨਹੀਂ ਮੋਬਾਈਲ ਤਾਂ ਨਹੀਂ ਮੈਂ ਛੁਡਵਾ ਸਕਦਾ ਪਰ ਮੋਬਾਈਲ ਦੇ ਸਾਈਡ ਇਫੈਕਟ ਜਿਹੜੇ ਹੈਗੇ ਸਿਮਪਲੀ ਇਹਨੂੰ ਪ੍ਰੈਸ ਕਰੋ ਵਿੱਚ ਡੁਬੋ ਕੇ ਛੱਡ ਦਿਓ ਜਿੰਨੀ ਚੱਕ ਲਈ ਠੀਕ ਹੈ ਠੀਕ ਹੈ ਜੀ ਇਹਦੀ ਕੈਮਰਾਮੈਨ ਨੂੰ ਰਿਕਵੈਸਟ ਕਰੂੰਗਾ ਕਿ ਧਿਆਨ ਨਾਲ ਇਧਰ ਫੋਕਸ ਕਰੋ ਇਹਦੀ ਘੁਲਣ ਦੀ ਦੇਖੋ ਕਵੈਸਟੀ ਕੋਈ ਚਮਚ ਨਹੀਂ ਲਗਾਉਣਾ ਆਪਣੇ ਆਪ ਡਿਲੀਊਟ ਹੋ ਜਾਏਗਾ ਆਪਣੇ ਆਪ ਡਿਲੀਊਟ ਹੋ ਜਾਏਗਾ ਕਿੰਨੇ ਹੋਗੇ ਠੀਕ ਹੈ 2 ਪੌਣੇ ਡ੍ਰੌਪ ਨਹੀਂ ਜੀ ਡਰਾਪਰ ਡਰਾਪਰ ਮਤਲਬ 2 ਪੌਣੇ ਭਰ ਕੇ ਠੀਕ ਹੈ ਠੀਕ ਹੈ ਇਹਨੂੰ ਬਸ ਨਾਰਮਲੀ ਦੁੱਧ ਦੇ ਵਿੱਚ ਜਾਂ ਗਰਮ ਪਾਣੀ ਦੇ ਵਿੱਚ ਸਿਮਪਲੀ ਪੀ ਲਓ ਪੂਰੀ ਬਾਡੀ ਦੀਆਂ ਨਸਾਂ ਦੇ ਵਿੱਚ ਖੂਨ ਦੀ ਸਪਲਾਈ ਨੂੰ ਰੈਗੂਲੇਟ ਕਰ ਦੂਗਾ ਆਪਣੀ ਆਪ ਸਾਰੀਆਂ ਬਿਮਾਰੀਆਂ ਨਾਲ ਦੇ ਲਈ ਤੁਸੀਂ ਮੌਕਾ ਦੇਖੋ ਮੌਕਾ ਵੀ ਸਾਹਮਣੇ ਨਾਲ ਦੇ ਨਾਲ ਇਹ ਕਿਤੇ ਨਾਲ ਦੇ ਬੀਵੀ ਲਓ ਪੀਸ ਕੀ ਹੋ ਜਾਈ ਜੀ ਟੇਸਟ ਬਹੁਤ ਵਧੀਆ ਲਚੀਦਾ ਫਲੇਵਰ ਆ ਅੱਛਾ ਅੱਛਾ ਹਾਂਜੀ ਕੋਈ ਇਹ ਨਹੀਂ ਵੀ ਹਲਦੀ ਦਾ ਫਲੇਵਰ ਨਹੀਂ ਹੈਗਾ ਇਲੈਚੀ ਫਲੇਵਰ ਭਾਈ ਹਲਦੀ ਹੋਈ ਹੈ ਬਣਾਈ ਇਲੈਚੀ ਹੋਈ ਹੈ ਇਲੈਚੀ ਦੀ ਵੀ ਬਰੀ ਇੰਪੋਰਟੈਂਸ ਹੈ ਇਹਦੇ ਨਾਲ ਨਾ ਕੰਬੀਨੇਸ਼ਨ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਸਾਡੇ ਤੋਂ ਸੈੱਟ ਨਹੀਂ ਸੀ ਬੈਟਰੀ ਆ ਕੀ ਕਰ ਕੁਮਨ ਪੂਰਾ ਰਿਜ਼ਲਟ ਕਿਵੇਂ ਦੇਊਗਾ ਉਹ ਸਾਰੀ ਚੀਜ਼ਾਂ ਦੇ ਵਿੱਚ ਸੈੱਟ ਕੀਤੇ ਨੇ ਇਹਦੇ ਰਿਜ਼ਲਟ ਬਹੁਤ ਜ਼ਬਰਦਸਤ ਮਿਲਦੇ ਸਾਨੂੰ ਓਕੇ ਓਕੇ ਜੀ ਜੀ ਅੱਛਾ ਫਿਰ ਵੈਜ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਉਹਦਾ ਕੀ ਤਰੀਕਾ ਹੈ ਤਰੀਕਾ ਦੇਖੋ ਆਪਣਾ ਕਲੀਨਿਕ ਆ ਲੁਧਿਆਣਾ ਗਿੱਲਾਂ ਵਾਲੀ ਨਹਿਰ ਦੇ ਪੁਲ ਦੇ ਕੋਲ ਸ਼ਿਮਲਾਪੁਰੀ ਬਾਜ਼ਾਰ ਦੇ ਵਿੱਚ ਦੋ ਨੰਬਰ ਗਲੀ 'ਚ ਠੀਕ ਹੈ ਫੋਨ ਨੰਬਰ ਤੁਸੀਂ ਆਪਣਾ ਚਲ ਠੀਕ ਹੈ ਨਾ ਬਾਕੀ ਐਡਰੈਸ ਪੱਟੀ ਦੇ ਵਿੱਚ ਲਿਖ ਦਿਓ ਤਾਂ ਕਿ ਕਿਸੇ ਨੂੰ ਪਹੁੰਚਣ ਵਿੱਚ ਦਿੱਕਤ ਨਾ ਹੋਵੇ ਪਰ ਇੱਕ ਰਿਕਵੈਸਟ ਮੈਂ ਹੋਰ ਕਰਦਾ ਆ ਆ ਸਾਰੀ ਵੀਡੀਓ ਪੂਰੀ ਆਡੀਅנס ਨੂੰ ਵਿੱਚੋਂ ਸਕਿੱਪ ਕਰ ਕਰਕੇ ਨਾ ਦੇਖਿਓ ਪੂਰੀ ਜਾਣਕਾਰੀ ਮਿਲੂ ਬਹੁਤ ਲੋਕਾਂ ਦਾ ਭਲਾ ਕਰੋਗੇ ਅਸੀਂ ਗਰੰਟੀ ਕਾਰਡ ਦੇ ਰਹੇ ਹਾਂ ਜਿਹਨੂੰ ਜਿਹੜੀ ਬਿਮਾਰੀ ਫਸ ਗਈ ਨਹੀਂ ਕੋਈ ਸੋਲੂਸ਼ਨ ਹੋ ਰਿਹਾ ਜੀ ਇਹ ਗਰੰਟੀ ਕਾਰਡ ਆ ਜਿਹਨੂੰ ਲੱਗਦਾ ਕਿ ਮੈਂ ਠੀਕ ਨਹੀਂ ਹੋਊਗਾ ਮੇਰੇ ਕੋਲ ਗਰੰਟੀ ਕਾਰਡ ਲਿਖਵਾ ਕੇ ਲੈ ਕੇ ਜਾਓ 15 ਦਿਨ ਦਾ ਟਰਾਇਲ ਗਰੰਟੀ ਕਾਰਡ ਆ ਇਹ 15 ਦਿਨ ਦਵਾਈ ਵਰਤਣ ਤੋਂ ਬਾਅਦ ਤੁਸੀਂ ਮੇਰੇ ਤੋਂ ਆਪਣੇ ਪੂਰੇ ਪੈਸੇ ਵਾਪਸ ਲੈ ਸਕਦੇ ਹੋ ਅਗਰ ਤੁਹਾਨੂੰ ਫਾਇਦਾ ਨਹੀਂ ਹੁੰਦਾ ਖੁੱਲ ਕੇ ਆਪਣੀਆਂ ਬਿਮਾਰੀਆਂ ਤੁਹਾਨੂੰ ਇਜ਼ਾਤ ਪਵਾ ਲਓ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਅਸੀਂ ਇਸਤੇਮਾਲ ਨਹੀਂ ਕਰਦੇ ਕੋਈ ਸਟੀਰੋਇਡ ਨਹੀਂ ਇਸਤੇਮਾਲ ਕਰਦੇ ਜੇ ਤੁਹਾਨੂੰ ਫਾਇਦਾ ਹੋ ਗਿਆ ਤਾਂ ਠੀਕ ਹੈ ਨਹੀਂ ਫਾਇਦਾ ਹੋਇਆ ਤਾਂ ਆਪਣੇ ਪੈਸੇ ਤੁਸੀਂ ਵਾਪਸ ਲੈ ਸਕਦੇ ਹੋ ਔਰ ਮੂੰਹ ਜਵਾਨੀ ਕੋਈ ਗੱਲ ਨਹੀਂ ਲਿਖ ਕੇ ਹੀ ਦੇ ਰਹੇ ਆ ਬਾਰ ਬਾਰ ਪੁੱਛਣ ਦੀ ਲੋੜ ਨਹੀਂ ਠੀਕ ਜੀ ਇਹ ਬੰਦੇ ਨੂੰ ਜਿਹੜੀ ਪੇਨ ਠੀਕ ਹੁੰਦੀ ਨਾ ਇਹ ਪੇਨ ਕਿਲਰ ਨਹੀਂ ਦਿੰਦੇ ਕੋਈ ਵੀ ਜੀ ਜੀ ਕੋਈ ਵੀ ਪੇਨ ਕਿਲਰ ਨਹੀਂ ਹੁੰਦਾ ਨੇ ਦੀ ਮੈਡੀਸਿਨ ਦੇ ਵਿੱਚ ਪਰ ਉਹ ਐਕਸਟਰਾ ਲਿਖ ਕੇ ਦੇ ਦਿੰਦੇ ਆ ਉਹ ਕੋਈ ਜੇ ਕਹਿੰਦੇ ਵੀ ਜੇ ਇਹਨਾਂ ਨੂੰ ਜ਼ਿਆਦਾ ਯੂਰ ਪਾਓ ਕਹਿੰਦੇ ਤੁਸੀਂ ਐਲੋਪੈਥੀ ਵਾਲਾ ਲੈ ਸਕਦੇ ਪਰ ਮੇਰੀ ਦਵਾਈ ਵਿੱਚ ਕੋਈ ਪੇਨ ਕਿਲਰ ਨਹੀਂ ਹੈ ਉਦਾਂ ਹੀ ਅਸਰ ਕਰਦੀ ਹੈ ਉਦਾਂ ਹੀ ਪੇਨ ਨੇਚੁਰਲੀ ਖਤਮ ਹੁੰਦੀ ਹੈ ਨੇਚੁਰਲ ਨੇਚਰਲ ਕੱਪ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੈਦਨੰਦ ਜੀ ਸਾਡੇ ਕਹੇ ਤੇ ਪਰਖਣ ਵਾਸਤੇ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਵਾਸਤੇ ਇੱਥੇ ਆਇਆ ਤੇ ਮੈਨੂੰ ਲੱਗਦਾ ਕਿ ਇੱਥੇ ਹੀ ਇਲਾਇਚੀ ਹਲਦੀ ਹੋ ਗਈ ਉਹਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੁੱਧ ਖੁਸ਼ਬੂਦਾਰ ਹੋ ਗਿਆ ਜੀ 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 ਮੇਰਾ ਨੰਬਰ ਚਲਾ ਸਕਦੇ ਤੁਸੀਂ ਨਾਲ ਅਸੀਂ ਇਹ ਕਰਾਂਗੇ ਜੀ ਅਸੀਂ ਵੈਦ ਜੀ ਦਾ ਨੰਬਰ ਚਲਾ ਦਾਂਗੇ ਜਿਨ੍ਹਾਂ ਨੇ ਕੁਝ ਪੁੱਛਣਾ ਕਰਨਾ ਹੈ ਤਾਂ ਇਹਨਾਂ ਤੋਂ ਨੰਬਰ ਲੈ ਕੇ ਤੁਹਾਡਾ ਉਹ ਤੁਹਾਨੂੰ ਫੋਨ ਕਰ ਲੈਣਗੇ ਠੀਕ ਹੈ ਜੀ ਜੀ ਬਹੁਤ ਬਹੁਤ ਸ਼ੁਕਰੀ ਆ ਜੀ ਸਾਰੇ ਪਰਿਵਾਰ ਦਾ ਔਰ ਵੈਦ ਆਨੰਦ ਕੁਮਾਰ ਜੀ ਦਾ ਖਾਸ ਕਰਕੇ ਸੋ ਤੁਹਾਨੂੰ ਤਜਰਬੇ ਸੁਣਾਏ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜਾ ਕੈਂਸਰ ਦੇ ਰੋਗ ਨੂੰ ਮਾਤਾ ਜੀ ਨੇ ਮਾਰ ਦਿੱਤੀ ਹੈ ਮਾਤ ਕੀਤੀ ਹੈ ਔਰ ਖਾਸ ਕਰਕੇ ਦਿਮਾਗ ਦੇ ਵਿੱਚ ਜਿਹੜਾ ਕੈਂਸਰ ਹੁੰਦਾ ਉਹਦੇ ਲਈ ਵੈਸੇ ਹੀ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ ਬਹੁਤ ਮੌਤਾਂ ਨੇ ਜਿਹੜੀਆਂ ਦਿਮਾਗ ਦੇ ਵਿੱਚ ਜਦੋਂ ਟਿਊਮਰ ਬਣ ਜਾਂਦਾ ਉਸ ਤੋਂ ਬਾਅਦ ਜਿਹੜੀਆਂ ਉਹ ਹੋ ਜਾਂਦੀਆਂ ਨੇ ਅਜਿਹੇ ਦੇ ਵਿੱਚ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਵੈਦ ਅਨੰਦ ਜੀ ਦਾ ਦਾਵਾ ਹੈਗਾ ਕਿ ਬਹੁਤ ਜ਼ਿਆਦਾ ਸਹਾਇਤਾ ਹੈ ਤੁਹਾਡੀ ਉਹ ਕਰ ਸਕਦੇ ਪਰ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਵੈਦ ਅਨੰਦ ਕੁਮਾਰ ਜੀ ਦੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਪਰ ਇਹ ਵੀਡੀਓ ਦਿਖਾਉਣ ਦਾ ਪਰਪਸ ਤੁਹਾਨੂੰ ਸਿਰਫ ਔਰ ਸਿਰਫ ਐਜੂਕੇਟ ਕਰਨਾ ਹੈਗਾ ਐਜੂਕੇਟਿਵ ਪਰਪਸ ਹੈਗਾ ਸਾਡਾ ਕੋਈ ਇਲਾਜ ਕੋਈ ਅਸੀਂ ਕਿਸੇ ਤਰ੍ਹਾਂ ਦਾ ਅਸੀਂ ਕਹਿ ਲਈਏ ਕਿ ਤਰੀਕਾ ਜਿਹੜਾ ਵੀ ਤੁਸੀਂ ਸੁਣਦੇ ਹੋ ਕਰਦੇ ਹੋ ਹਕੀਕਤ ਟੀਵੀ ਪੰਜਾਬੀ ਦੀ ਜਿਹੜੀ ਵੀ ਤੁਸੀਂ ਵੀਡੀਓ ਦੇਖਦੇ ਹੋ ਸਾਡਾ ਮਕਸਦ ਇਲਾਜ ਕਰਨਾ ਨਹੀਂ ਹੁੰਦਾ ਸਗੋਂ ਤੁਹਾਨੂੰ ਕੁਦਰਤ ਦੀ ਸ਼ਕਤੀ ਨਾਲ ਰੁਬਰੂ ਕਰਵਾਉਣਾ ਹੁੰਦਾ ਫਿਲਹਾਲ ਵੇ ਬਲੀ ਬਨੁਇਤੀ ਖਤਮ ਕਰਨ ਦਿ ਦਿਓ ਆਕਿਆ ਧੰਨਵਾਦ